जिवें कराटे आ ये सब तो पहला जरूरत कि चीज़ की आ एक तो स्टैमिना चाहिए होगा भी कि चीज़ की सब तो वध लोड़ पैंदी है दीदी ने घर गल दसी भी मेरी सिस्टर ने तो मेरी सहेली ने आ कुछ किया तो फिर मेरे भी जनून जहाँ कुड़ी कुछ कर सकते असं क्यों नहीं कर सकते क्योंकि मैं मेरी है हाइट छोटी तो शुरू तो बुली होंगे जाते भी अगला थोड़ा करता टोंटे भी छोटा जि करके तो अपना हौसला नहीं पै पाता सर तो मैं दीदी को डर डर मैसेज किया दीदी मैं कराटे सीखने ने तो वह कहती भी आ जा जोशी भाई को सीखते हैं मतलब असं यश कुमार जोशी भाई जोशी भाजी प्यार ना कहने तो असं उत्थे गए फिर कराटे की शुरुआत उतो क्योंकि ब्लैक बेल्ट थर्ड डैन तो मतलब सेंसाई बन जाता लिखना पढ़िया ना शब्द सेंसाई मतलब मतलब भी एक कोच है थर्ड ब्लैक बेल्ट डैन एक लैवल मिल जाता भी सेंसाई बन गया जिम्मे ना डिग्री मिल गई डिप्लोमा मिल गया इंजीनियर ई आर पाया डॉक्टर के डी आर पै तो फिर कराटे सेंसाई पै जाता अगे जाके पांच के बाद शिहान एवं अगे अठ बाद सत्त बाद हंसी एवं अलग अलग लैवल होंगे ने दसा कि ये काउंटिंग भी अलग होंगी है बिल्कुल जी बिल्कुल ये काउंटिंग अलग होंगी है ये जो बोलते होंगे ने इच ने सन शी गो रुक सिच अच को जो ये दस तक गिनती हुई है दस तक तो सब नू आ जिन्होंने मर्जी छोटे बच्चे बैठे तो रोज पुछ सकते हो कल कल मूँह जबानी डटी पई है कि जिवें धियां वास्ते जिवें अजकल तो कहिंदे ने टाइम बड़ा माड़ा चलता रात नूं धी कल्ली किते निकल नहीं सकदी इस चीज़ दे विच इह चीज़ बहुत कारगर साबित हुंदी है तुहानूं रिजल्ट आउंदे भी होणगे इस चीज़ दे ਇਹ ਹੈਗਾ ਨਹੀਂ ਐਂਟੀ ਰੈਪ ਟੈਕਟਿਕਸ ਠੀਕ ਹੈ ਜਦੋਂ ਰੇਪ ਦੀ ਗੱਲ ਹੁੰਦੀ ਹੈ ਪੁਜੀਸ਼ਨ ਆਪਾਂ ਨੂੰ ਆ ਲੈਂਦੇ ਨੇ ਪਏ ਠੀਕ ਹੈ ਵੀ ਬਿਲਕੁਲ ਜੇ ਆਪਾਂ ਕੁੜੀ ਥੱਲੇ ਹੋਵੇ ਅਤੇ ਉਰੋਂ ਆਪਾਂ ਫੜਿਆ ਹੋਇਆ ਉਰੋਂ ਫੜਿਆ ਹੁੰਦਾ ਗਲਾ ਫੜਿਆ ਹੋਇਆ ਕੁਛ ਹੀ ਫੜਿਆ ਹੋਇਆ ਵੀ ਉਰੋਂ ਕਿੱਦਾਂ ਛੁੱਟਣਾ ਆ ਦੱਬਿਆ ਲੱਤ ਲੋਕ ਉੱਪਰੋਂ ਅਤੇ ਐਲਬੋ ਤੁਹਾਨੂੰ ਪੂਰਾ ਕੋਨਫੀਡੈਂਸ ਹੈ ਜੇ ਮੰਨ ਲਓ ਕੋਈ ਤੁਹਾਨੂੰ ਜਿਵੇਂ ਹੁਣ ਇਹ ਆਪਾਂ ਉਹ ਕਰ ਰਹੇ ਹਾਂ ਜੇ ਮੰਨ ਲਓ ਨਾ ਰੱਬ ਨਾ ਕਰੇ ਕੋਈ ਇੱਦਾਂ ਦਾ ਕੋਈ ਸਿਰ ਫਿਰਾ ਕੇ ਟੱਕਰਦਾ ਤੁਹਾਨੂੰ ਤਾਂ ਤੁਸੀਂ ਉਹਨੂੰ ਪੂਰੀ ਟੱਕਰ ਦੇ ਸਕਦੇ ਹੋ ਹਾਂਜੀ ਦੇ ਸਕਦੇ ਕੋਨਫੀਡੈਂਸ ਹੈਗਾ ਪੂਰਾ ਫੁੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹੋ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਤੁਹਾਡੀ ਟੀਵੀ ਸਕਰੀਨਸ ਦੇ ਉੱਪਰ ਨਾ ਬਿਲਕੁਲ ਉੱਪਰਲਿਆ ਹੈਡਰ ਦੇ ਉੱਤੇ ਤੁਹਾਨੂੰ ਚੀਜ਼ ਦਿਖ ਰਹੀ ਹੋਣੀ ਆ ਡੱਡੋਜੋ ਸਕੂਲ ਆਫ ਮਾਰਸ਼ਲ ਆਰਟਸ ਮਾਰਸ਼ਲ ਆਰਟ ਕਲਾਸਿਸ ਫੋਰ ਆਲ ਏਜਿਸ ਯਾਨੀ ਕਿ ਅੱਜ ਤੁਹਾਨੂੰ ਸੈਲਫ ਡਿਫੈਂਸ ਦੀਆਂ ਤਕਨੀਕਾਂ ਦੱਸਾਂਗੇ ਕਿ ਜੇ ਮੰਨ ਲਓ ਰਾਤ ਬਰਾਤੇ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਰਾਤ ਬਰਾਤੇ ਕੋਈ ਧੀ ਨੂੰ ਕੋਈ ਭੈਣ ਨੂੰ ਕੋਈ ਛੇੜਦਾ ਆ ਤਾਂ ਉਸ ਕਿਸ ਤਰੀਕੇ ਦੇ ਨਾਲ ਉਸ ਨੂੰ ਟੈਕਲ ਕਰ ਸਕਦੀ ਆ ਉਸ ਬੰਦੇ ਦਾ ਮੁਕਾਬਲਾ ਕਰ ਸਕਦੀ ਆ ਆਪਾਂ ਕਹਿ ਦਿੰਦੇ ਹਾਂ ਨਾ ਵੀ ਸਟਰੋਂਗ ਬਣ ਧੀ ਨੂੰ ਕਹਿੰਦੇ ਆ ਵੀ ਤਾਕਤਵਰ ਬਣ ਜਾਨ ਪਾ ਆਪਣੇ ਸਰੀਰ 'ਚ ਵੀ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਹਰ ਵੇਲੇ ਧੀ ਦੇ ਨਾਲ ਕੋਈ ਬੰਦਾ ਨਹੀਂ ਹੋ ਸਕਦਾ ਪਰ ਧੀ ਨੂੰ ਚਾਹੀਦਾ ਆ ਕਿ ਇਸੇ ਤਰੀਕੇ ਦੇ ਨਾਲ ਸਿੱਖਿਆ ਜਾਵੇ ਅੱਜ ਮੈਂ ਜਿਹੜੀ ਮੈਂ ਕਹਿ ਸਕਦਾ ਵੀ ਇਹ ਕਲਾਸਿਸ ਤੁਹਾਨੂੰ ਦਿਖਾਉਣ ਲੱਗਿਆ ਆ ਜਿਹੜੀ ਤਕਨੀਕ ਤੁਹਾਨੂੰ ਅੱਜ ਦਿਖਾਉਣ ਲੱਗਿਆ ਨਾ ਵੈਸੇ ਤਾਂ ਇਹਨੂੰ ਕਰਾਟੇ ਕਹਿ ਦਿੰਦੇ ਨੇ ਅਸਲ ਦੇ ਵਿੱਚ ਇਸ ਨੂੰ ਹੋਰ ਵੀ ਕੁਝ ਕਹਿੰਦੇ ਨੇ ਓਲੰਪਿਕਸ ਦੇ ਵਿੱਚ ਹੁਣ ਇਹ ਗੇਮ ਆ ਚੁੱਕੀ ਹੈ ਉਸ ਤੋਂ ਬਾਵਜੂਦ ਕਾਫੀ ਸ਼ਹਿਰਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਬੜੇ ਵੱਧ ਚੜ੍ਹ ਕੇ ਲੋਕ ਜਿਹੜੇ ਨੇ ਪਾਰਟੀਸਪੇਟ ਕਰਦੇ ਨੇ ਬੈਲਟਾਂ ਹੁੰਦੀਆਂ ਨੇ ਗ੍ਰੀਨ ਬੈਲਟ ਯੈਲੋ ਔਰੇਂਜ ਜਿੱਦਾਂ ਕਰਕੇ ਕਾਫੀ ਇਹਨਾਂ ਦੇ ਉਹ ਹੁੰਦੇ ਨੇ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਤੁਸੀਂ ਇੱਥੇ ਵੇਖ ਸਕਦੇ ਹੋ ਪਿੱਛੇ ਕਲਾਸਿਸ ਲੱਗੀਆਂ ਨੇ ਆਪਾਂ ਅੰਦਰ ਚੱਲਦੇ ਹਾਂ ਕਿਉਂਕਿ ਅੱਜ ਇੱਥੋਂ ਦੇ ਜਿਹੜੇ ਮੇਨ ਬਾਈ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਵੀਰਾ ਨਾਪਰੀ ਸਾਡੇ ਨਾਲ ਵੀਰੇ ਸਤਿ ਸ਼੍ਰੀ ਅਕਾਲ ਠੀਕ ਹੋ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਤੁਹਾਨੂੰ ਹਾਂਜੀ ਵੀਰੇ ਬਹੁਤ ਵਧੀਆ ਕੀ ਏਜ ਕਿੰਨੀ ਹੈ ਵੀਰੇ ਆਪਣੀ ਵੈਸੇ ਮੇਰੀ 25 ਹੈ ਜੀ 25 ਦੀ ਏਜ ਆ ਤੇ ਤੁਸੀਂ ਫਿਰ ਕਰਾਟੇ ਜਿਹੜਾ ਕਰਾ ਰਹੇ ਹੋ ਕਰਾਟੇ ਵੈਸੇ ਨੂੰ ਕਹਿੰਦੇ ਕੀ ਨੇ ਅਸਲ ਦੇ ਵਿੱਚ ਇਹ ਮਾਰਸ਼ਲ ਆਰਟ ਦੀ ਪਾਰਟ ਆ ਕਰਾਟੇ ਕਹਿੰਦੇ ਨੇ ਇਹਨੂੰ ਕਰਾਟੇ ਸਪੋਰਟਸ ਬਣਾਇਆ ਗਿਆ ਇੱਕ ਇਹ ਸਪੋਰਟਸ ਹਾਂਜੀ ਇਹਨੂੰ ਕਰਾਟੇ ਕਹਿੰਦੇ ਹਾਂਜੀ ਸਪੋਰਟਸ ਕਰਾਟੇ ਤਕਰੀਬਨ ਇਹਨੂੰ ਫਿਰ ਤੁਸੀਂ ਇਸ ਚੀਜ਼ ਨੂੰ ਕਰਦੇ ਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਂ ਤਕਰੀਬਨ 2008 ਤੋਂ ਆਪਣੇ ਖੰਨੇ ਰਜੇਸ਼ ਜੋਸ਼ੀ ਨੇ ASI ਪੰਜਾਬ ਪੁਲਿਸ ਉਹ ਮੇਰੇ ਕੋਚ ਨੇ ਉਹਨਾਂ ਦੇ ਅੰਡਰ ਮੈਂ ਟ੍ਰੇਨਿੰਗ ਲਈ ਆ 2008 ਤੋਂ ਮੈਂ ਲੈਂਦਾ ਰਿਹਾ ਤੇ ਹੁਣ ਤਾਂ ਹਾਂਜੀ
तकरीबन मैं कहना भी 13 साल हो गए, 12-13 साल का सफर हो गया। हूँ भी मैं ट्रेनिंग छड़ी नहीं, मैं ट्रेनिंग नाल दी नाल कर रहा, मैं कोच कम प्लेयर कम कोच हाँ, प्लेयर भी मैं है। यानी सिख भी रहे हो तो सिखा भी रहे। बिल्कुल, हमें लेटेस्ट हुए पिछले बार अपने यूनिवर्सिटी मैचेस तो उन्होंने मैं दोनों च गोल्ड कटे ने, दो इवेंट उन्होंने कराटे, दोनों मेरा गोल्ड सी। जो बच्चा कराटे लगता पहले तो उन्होंने घर यही होंगे कि यह बच्चा डरता बहुत कॉन्फिडेंस लेके आता पहला बच्चे तो बच्चे पहला डरते हैं कराटे नाम तो बहुत डरते हैं पेरेंट्स भी साढ़े बच्चे सट लगू मूँह भन्ने कुड़ियों का ब्याह नहीं होना बाद सट लगी किसी के और फिर समझाने भी नहीं तो बचाओ ली आ एक मारन लिए नहीं है भी आप किसी लड़ना नहीं गा आप लड़न तो बचा है भी जो कोई लड़ता आप बचाओ किमें करना तो जिन्ने बच्चे अग्रैसिव होंगे पहला बच्चे बहुत अग्रैसिव होंगे मैं घर आप लड़ी जाते होंगे तो उस तो बाद जो आप कराटे भी जाते हैं तो अग्रैशन हो जाता ठीक होने उन्होंने ठंडा हो जाता गुस्सा क्योंकि उन्होंने पता लगता मेरी एनर्जी बहुत आ सही जगह यूटिलाइज हो जाती है जी एनर्जी घर इधर उधर मार के गंदा कोने जां गवाने मुंडे लड़के रखते हैं और वधिया ला के फिर मैडल कढ़ते हैं बच्चे अपने। हाँ, यानी कि वो जी एनर्जी है ये खेत्र चला देने कॉम्पीटिशन च पार्टीसपेट कर लो तो चंगे मैडल आ जाएंगे। बिल्कुल जी बिल्कुल। अच्छा ये जिम्मे सब तो जिम्मे शुरुआत करिए एक तो मैं पहले बैल्टा बारे दसो यार बैल्टा मैं बड़ा कन्फ्यूज होना ये इतने संतरी पाई है आ ब्लू पाई हुई है उन्होंने पर्पल है वो येलो है मुंडे दे आ हरी है आ चिट्टी वो पाई फिर भी ये बैल्टा का की हिसाब होंगे जो आप कराटे स्टार्ट करते हैं तो सब तो पहले वो वाइट बैल्ट बियर कर देते हैं यदा मतलब होंगे भी बिल्कुल जिम्मे आप कहने भी कोहरा कागज़ खास कुछ नहीं ये लिखे हुआ जो ये कराटे करके अगर थोड़ा पहला लेवल कंप्लीट कर देने 3-4 महीने तक फिर उन्होंने मिलती है येलो बैल्ट जिम्मे पाई हुई है मतलब थोड़ी गुड़ी हो गई बिल्कुल बिल्कुल मतलब थोड़े गुड़े हो गए उस तो बाद जो अगर होर प्रैक्टिस करते हैं फिर इन्हें मैच होंगे जितते हैं फिर उन्होंने मिलती है ऑरेंज बैल्ट। अच्छा जी पिछले देख हाँ जी अच्छा बैल्ट मिलती है जी जी बिल्कुल ठीक है इन्होंने बाद मिलती है ग्रीन बैल्ट ठीक है तीजा लैवल ठीक है तो चौथे लैवल से मिलती है तो फिर ब्लू बैल्ट ब्लू बैल्ट हाँ जी पंजवें मिलती है पर्पल बैल्ट पर्पल हाँ जी फिर छेवां सत्तवां अठवां की होंगे ने ब्राउन बैल्ट ब्राउन वन ब्राउन टू ब्राउन थ्री ये लैवल होंगे ने। अच्छा जो ब्राउन के तीन लेयर आ गई तीन लैवल हाँ जी उ तीन पट्टियां लग जाने होंगे ठीक है तो जो ब्राउन पूरी कर लेने तीन फिर ब्लैक बैल्ट पर पहुँच गए। हाँ एक चीज़ मैं बड़ी सुनी है भी फिल्मों के मैं देखी सी भी बंद जो कराटे वाले एक्सपै जे प्रोफेसनल है ना वो कहते हैं मेरे को ब्लैक बैल्ट है मेरे को ब्राउन है वो ब्लैक बैल्ट बिल्कुल एंडली होंगी नहीं नहीं जी बिल्कुल ब्लैक बैल्ट की है एंड नहीं है ब्लैक बैल्ट एक थोड़ी कराटे में एक्चुअल एग्जिट हो गए एंटर किए हो भी कराटे हूँ बढ़ गए यह तो हजे मूहले गेट खोले ने हजे जो मेन गेट अंदर वाला तो ब्लैक बैल्ट तो स्टार्ट होना हजे ब्लैक बैल्ट तो अगे फिर अगर ब्लैक बैल्ट के लैवल ने। अच्छा मैं कह सकता भी यह ट्रेनिंग ही चलती सी ब्राउन पर्पल येलो ऑरेंज सारी ट्रेनिंग ही ने क्योंकि यह होंगे जो ये बैल्ट देते बच्चे हट भी सकते हैं पर जो बच्चा ब्लैक बैल्ट देता असली कराटे उदो शुरू करता उन्होंने समझ पैंती भी अच्छा कराटे तो आह चीज़ थी फिर कराटे होंगे कराटे होंगे ब्लैक बैल्ट वन फिर टू फिर थ्री एवं यह 10 तक जाते हैं ग्रैंड मास्टर के। अच्छा भाई जिम्मे मैंने एक गल दसो जिम्मे हूँ आ जिम्मे ब्लैक बैल्टा होंगे ने यह ब्लैक बैल्ट जिम्मे हूँ जिम्मे वाइट ही ला लीए वाइट तो जी अगला लैवल होंगे यदा वो किन्ने येलो वो किन्ने समय तक बनता है कि मतलब कि इन्होंने ये बनता किमें हाँ जी बिल्कुल इन्हों का होंगे भी इन्होंने पहले बेसिक ट्रेनिंग कराई जाती भी कराटे बेसिक की है एक सिलेबस आता सूँ प्रो साड़ी एसोसीएशन वालों तो वो जो थोड़ा विश भेज देने असं सामने मेरे को ट्रेनिंग देने मतलब 3 महीने या 4 महीने बाद एक बैल्ट अगर अपडेट होंगी होंगी टेस्ट हूँ उन्होंने प्रोपर। अच्छा टेस्ट लैन लिए कोच कदे भेजते होंगे ने कोच आते हैं टेस्ट लेंदे फिजिकल फिटनेस का मैंटल एबिलिटी का टैक्नीकल परफॉर्मेंस तो बच्चे तो फाइट वगैरह करा के देते हैं जो बच्चा उन्होंने सही निकलता फिर उन्होंने करते हैं नहीं फिर दोबारा फेल हो जाता टेस्ट फिर दोबारा वेट करता अगली बार अपने पेपर हाँ सही हो पास हो गया अगे कर देंगे नहीं फिर तू बैठ हो रही। अच्छा ये फेल भी हो जाता है हाँ जी बिल्कुल बैल्ट फेल भी हो जाते हैं जो बच्चा परफॉर्मेंस वधिया नहीं करूगा तो उन्होंने कहना बैल्ट देखिए फायदे नहीं कोई या सिक्ख्या तो है नहीं क्योंकि बैल्ट तो पता लगना बच्चा किड़े लैवल से खेडता ठीक वो बच्चे फिर दोबारा पेपर देना पैंदा बिल्कुल बिल्कुल। अच्छा जिम्मे तुम्हें शुरुआत की थी जिम्मे 2008 के शुरू किया 2008 शुरू किया भी तुम्हें चिणग किमें लगी भी मैच कराटे सीखने ने कोई ऐसा वाका हो गया भी किसी ने लड़न की कोशिश की बिल्कुल बिल्कुल ये मैं गल हर एक दस दूँ ये गल भाजी ए ना कि होगा मेरे सिस्टर से कॉलेज पढ़ते जवाहर लाल नहरू वूमेन कॉलेज हूँ कोएड हो चुके हैं तो मैं भी उत्थे पढ़े हूँ कोएड होने बाद तो उत्थे मेरे सिस्टर ने एक कुड़ी पढ़ते थे कमलजीत कौर तो इस टाइम वो पंजाब पुलिस जॉब करते हैं तो वो कराटे करते होंगे सके ना कि एक रिफ्यूजी ने तंग सोहने बहुत से मुंडे आए 2-3 चक्कर जो आने लगे उस वे मोटरसाइकिल से। अच्छा तो उन्होंने की किया चक्के गला फट के मुंडे मोटरसाइकिल थले मारिया क्योंकि कद तो एडा सी। अच्छा वो भैन ने चक्के मुंडे मोटरसाइकिल तो थले मारिया थले मारिया दूआ कहना भैने मैं नहीं मैंने तो छड़ दे भज गया तो फिर दीदी ने आगे घर गल दसी भी मेरी सिस्टर ने मेरी सहेली ने आह कुछ किया तो फिर मेरे भी जनून जहाँ मैं कुड़ी कुछ कर सकते असं क्यों नहीं कर सकते क्योंकि मैं मेरी हैगी हाइट छोटी तो शुरू तो बुली होंगे जाते भी अगला थोड़ा करता टोंट भी छोटा जि करके तो अपना हौसला नहीं पै पाता सगा तो मैं दीदी को डर डर मैसेज किया दीदी मैं कराटे सीखने ने तो कहती भी आ जा जोशी भाई को सीखते हैं
ਮਤਲਬ ਅਸੀਂ ਕੁਮਾਰ ਜੋਸ਼ੀ ਭਾਈ ਨੂੰ ਜੋਸ਼ੀ ਭਾਜੀ ਪਿਆਰ ਨਾਲ ਕਹਿੰਦੇ ਹਾਂ, ਠੀਕ ਹੈ, ਤਾਂ ਅਸੀਂ ਉੱਥੇ ਗਏ ਫਿਰ ਕੱਟ ਦੀ ਸ਼ੁਰੂਆਤ ਹੋਈ ਉੱਥੋਂ, ਉੱਥੋਂ ਸ਼ੁਰੂਆਤ ਹੋਈ ਸੀ। ਤਾਂ ਜਦ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਇਸ ਚੀਜ਼ ਦੇ ਵਿੱਚ ਸਟੈਪ ਇਨ ਕੀਤਾ, ਫਿਰ ਕਿਵੇਂ ਦਾ ਫੀਲ ਹੁੰਦਾ ਸੀ? ਕਦੇ ਐਂ ਤਾਂ ਨਹੀਂ ਹੋਇਆ ਮਨ ਅੱਕ ਤਾਂ ਨਹੀਂ ਗਿਆ ਇਸ ਚੀਜ਼ ਤੋਂ ਯਾਰ ਇਹ ਤਾਂ 60 ਫਿੱਟ ਲੱਗ ਸਕਦੀ ਹੈ, ਮੇਰੇ ਤਾਂ ਕਦੇ ਲੱਗੀ ਵੀ ਹੋ ਸਕਦੀ ਹੈ, ਲੱਗੀਆਂ ਹੋਣਗੀਆਂ, ਫਿਰ ਕਦੇ ਵਾਪਸ ਮੁੜਨ ਦਾ ਮਨ ਨਹੀਂ ਕੀਤਾ? ਐਕਚੁਅਲੀ ਗੱਲ ਕੀ ਸੀ, ਜਦੋਂ ਮੈਂ ਲੱਗਿਆ ਸੀ ਉਦੋਂ ਜਨੂਨ ਇੰਨਾ ਕੁ ਭਰ ਗਿਆ ਸੀ ਦੇਖ ਦੇਖ ਕੇ। ਇੱਕ ਮੈਡਲ ਆਇਆ ਨਾ ਪਹਿਲਾਂ, ਮੇਰੇ ਘਰ ਦੇ ਸਪੋਰਟ ਨਹੀਂ ਕਰਦੇ ਸੀਗੇ, ਮੇਰੇ ਘਰ ਦੇ ਨੇ ਮੈਨੂੰ ਲੱਗਾ ਸਿੰਗਿੰਗ 'ਚ, ਅੱਛਾ, ਕਿਉਂਕਿ ਸਾਡੀ ਰਿਸ਼ਤੇਦਾਰੀ 'ਚ ਜਮਾਲਾ ਲਾਈ ਮਿਸ ਪੂਜਾ ਤਾਂ ਮੇਰੀ ਸਿਸਟਰ ਨੇ, ਉਹ ਕਜ਼ਨ, ਠੀਕ ਹੈ, ਰਿਸ਼ਤੇਦਾਰੀ 'ਚ ਨੇ, ਤਾਂ ਘਰਦਿਆਂ ਨੂੰ ਆਇਆ ਸੀ ਵੀ ਮੇਰਾ ਮੁੰਡਾ ਵੀ ਕਿਤੇ ਜਾ ਕੇ ਵੀ ਥੋੜ੍ਹਾ ਗਾਉਣ ਵਜਾਉਣ 'ਚ ਆ ਗਏ, ਟੀਵੀ ਟੂਵੀ 'ਤੇ ਆਵੇ, ਦੇਖੀ ਅਸੀਂ ਬਹਿ ਕੇ ਵੀ ਸਾਡਾ ਮੁੰਡਾ ਹੁੰਦਾ, ਥੋੜ੍ਹੀ ਸ਼ਰੀਕੀ ਮਣ 'ਚ ਮੁੱਛ ਮੱਛ ਖੜੀ ਹੋ ਜਾਂਦੀ ਆ। ਅਤੇ ਉਹ ਤੋਂ ਬਾਕੀ ਉਦੋਂ ਮੈਂ ਕਰਾਟੇ ਲੱਗੇ, ਸਾਰੇ ਵੀ ਰਿਸ਼ਤੇਦਾਰ ਨੇ ਕਿਹਾ ਵੀ ਕਿਹੜੇ ਮੁੰਡੇ ਕੰਮਾਂ 'ਚ ਲਾਤਾ, ਵੀ ਅਸੀਂ ਹੁਣ ਛਿੰਬੇ, ਵੀ ਛਿੰਬੇ ਦਾ ਦਰਜੂ ਜਿਹਾ ਕੰਮ ਕਰਦੇ, ਆਹ ਕਿਹੜੇ ਕੰਮਾਂ 'ਚ ਬਾਅਦ ਲੜਾਈਆਂ ਲੜੀਆਂ ਜੇ, ਵੀ ਇਹ ਕੰਮ ਨਹੀਂ ਕਰਨੇ। ਅੱਛਾ, ਤਾਂ ਮੈਂ ਕਿਹਾ ਡੈਡੀ ਕਰਨ ਦਿਓ ਬਈ, ਘਰ ਦੇ ਨਹੀਂ ਸੀ ਮੰਨਦੇ, ਤਾਂ ਮੈਂ ਧੱਕੇ ਨਾਲ ਚੱਲਿਆ ਹੁੰਦਾ ਸੀਗਾ, ਦੱਸਦਾ ਸੀ ਘਰੇ ਮੈਂ ਵਾਜਾ ਸਿੱਖਣ ਚੱਲਣਾ, ਜਾਂਦਾ ਮੈਂ ਕਰਾਟੇ ਕਰਨ ਹੁੰਦਾ ਸੀਗਾ, ਤਾਂ ਮੇਰੇ ਆ ਗਈ ਸਟੇਟ ਦੇ ਮੈਚ, ਤਾਂ ਸਟੇਟ ਦੇ ਮੈਚ 'ਚ ਮੇਰਾ ਆ ਗਿਆ ਸਿਲਵਰ ਮੈਡਲ। ਤਾਂ ਜਦੋਂ ਘਰਦਿਆਂ ਨੂੰ ਪਤਾ ਲੱਗਿਆ, ਘਰ ਦੇ ਗਾਲਾਂ ਕੱਢਣ ਲੱਗ ਵੀ ਤੂੰ ਆ ਵਾਜਾ 3000 ਲਿਆਂਦਾ ਪਿਆ, ਵੀ ਉਹ ਤੂੰ ਵਜਾਇਆ ਨਹੀਂ ਆ, ਤੂੰ ਕਿੱਥੇ ਮੈਂ ਕੰਮ ਕਰੀ ਜਾਂਦਾ। ਤਾਂ ਫਿਰ ਜਦੋਂ ਘਰਦਿਆਂ ਨੂੰ ਦੋਕਾਂ ਦੱਸਿਆ ਵੀ ਨਹੀਂ ਭਾਈ ਸਟੇਟ ਬਹੁਤ ਬੜੀ ਗੱਲ ਹੁੰਦੀ ਆ, ਸਟੇਟ 'ਚ ਮੈਡਲ ਆਉਣਾ, ਫਿਰ ਡੈਡੀ ਦਾ ਜਨੂਨ ਮਰਿਆ, ਫਿਰ ਡੈਡੀ ਕਹਿੰਦਾ ਪੁੱਤ ਕਰ ਜਿੰਨਾ ਕਰ ਹੁੰਦਾ, ਤੈਨੂੰ ਪੈਸੇ ਦੀ ਟੈਨਸ਼ਨ ਲੈਣੀ। ਅਰੇ ਕੀ ਬਾਤ, ਯਾਨੀ ਕਿ ਉੱਥੋਂ ਜਿਹੜੀ ਅਸੀਂ ਮੋੜ ਜਿਹੜਾ ਅਸੀਂ ਅਸਲ ਕਰਦਿਆਂ ਨੇ ਉੱਥੋਂ ਲਾਇਆ ਵੀ ਯਾਰ ਮੈਡਲ ਸਟੇਟ ਦੇ ਵਿੱਚ ਸਿਲਵਰ ਆ ਗਿਆ। ਬਿਲਕੁਲ, ਹੁਣ ਵੀਰੇ ਤੁਹਾਡੇ ਕੋਲ ਕਿੰਨੇ ਕੁ ਮੈਡਲ ਨੇ ਅਤੇ ਕਿਹੜੀ ਕਿਹੜੀ ਬੈਲਟਾਂ ਨੇ? ਜੀ, ਮੈਂ ਹੁਣ ਬਲੈਕ ਬੈਲਟ 3rd ਡੈਨ ਨਾ 2017 'ਚ ਹੋ ਚੁੱਕਿਆ ਸੀਗਾ। ਅੱਛਾ, ਅਤੇ ਪੰਜਾਬ ਦਾ ਸਭ ਤੋਂ ਯੰਗੈਸਟ ਬਲੈਕ ਬੈਲਟ 3rd ਡੈਨ ਨਾ, ਵੀ ਉਹ 3 ਬਲੈਕ ਬੈਲਟਾਂ ਨੇ। ਕੀ ਬਾਤ ਜੀ, ਇਹਦੇ ਵਿੱਚ ਫਿਰ ਜਿਵੇਂ ਹੁਣ ਬਲੈਕ ਬੈਲਟ, ਤਾਂ ਜਿਵੇਂ ਤੁਸੀਂ ਦੱਸਿਆ ਵੀ ਹਜੇ ਸਟਾਰਟਿੰਗ ਗੇਟ ਖੁੱਲਿਆ ਆ, ਤੁਸੀਂ ਗੇਟ ਖੋਲਿਆ, ਹੁਣ ਗੇਟ ਖੋਲਣ ਦੇ ਹੁਣ ਸਭ ਤੋਂ ਪਹਿਲਾਂ ਅੱਗੇ ਸਟੈਪ ਕੀ ਹੁੰਦਾ ਇਸ ਤੋਂ ਬਾਅਦ? ਸਭ ਤੋਂ ਵੱਧ ਕੀ ਹੁੰਦਾ ਕਿ ਹੁਣ ਜਿਹੜਾ ਪਹਿਲਾਂ ਸਾਨੂੰ ਜੱਜ ਕਰਦੇ ਵੀ ਸਿੰਪਲ ਕਰਾਟੇ ਕਰਦਾ, ਉਦੋਂ ਟੈਕਨੀਕਲੀ ਜੱਜ ਕਰਨਾ, ਜਿਵੇਂ ਤੁਸੀਂ ਕਰਾਟੇ ਕਰਦੇ ਵਿੱਚ ਉਹਦੇ ਆਪਾਂ ਨੂੰ ਕੋਚਿੰਗ ਦੇ ਗੁਣ ਆਉਣੇ ਚਾਹੀਦੇ ਨੇ ਬਾਅਦ ਨਾਲ, ਕਿਉਂਕਿ ਬਲੈਕ ਬੈਲਟ 3rd ਡੈਨ ਤਾਂ ਮਤਲਬ ਸੈਂਸਾਈ ਬਣ ਜਾਂਦਾ, ਤੁਸੀਂ ਲਿਖਣਾ ਅੱਗੇ ਪੜਿਆ ਨਾ ਸ਼ਬਦ, ਸੈਂਸਾਈ ਉਹਦਾ ਕੀ ਮਤਲਬ ਹੈ? ਉਹਦਾ ਮਤਲਬ ਵੀ ਇਹ ਕੋਚ ਆ, 3rd ਬਲੈਕ ਬੈਲਟ ਡੈਨ ਨੂੰ ਇੱਕ ਲੈਵਲ ਮਿਲ ਜਾਂਦਾ ਵੀ ਸੈਂਸਾਈ ਬਣ ਗਿਆ, ਜਿਵੇਂ ਆਪਣਾ ਡਿਗਰੀ ਮਿਲ ਗਈ, ਡਿਪਲੋਮਾ ਮਿਲ ਗਿਆ, ਇੰਜੀਨੀਅਰ ER ਬਣਦੇ ਨੇ, ਡਾਕਟਰ ਦੇ ER ਪੈ ਜਾਂਦਾ, ਤਾਂ ਫਿਰ ਕਰਾਟੇ ਸੈਂਸਾਈ ਪੈ ਜਾਂਦਾ, ਅੱਗੇ ਜਾ ਕੇ 5 ਦੇ ਬਾਅਦ ਸ਼ਿਹਾਨ, ਐਵੇਂ ਅੱਗੇ 8 ਬਾਅਦ 7 ਬਾਅਦ ਹੰਸੀ, ਐਵੇਂ ਅਲੱਗ ਅਲੱਗ ਲੈਵਲ ਹੁੰਦੇ ਨੇ, ਉਹਨਾਂ ਲਈ ਪਰ ਏਜ ਵੀ ਚਾਹੀਦੀ ਹੁੰਦੀ ਆ, ਤਾਂ ਤੁਹਾਨੂੰ ਪਤਾ ਮੇਰੀ ਏਜ ਹਜੇ, ਠੀਕ ਆ, ਉਹਦੇ ਵਿੱਚ ਫਿਰ ਮਿਨੀਮਮ ਕਿੰਨੀ ਏਜ ਹੁੰਦੀ ਆ? ਉਹਦੇ ਬਾਅਦ ਜਦੋਂ ਆਪਾਂ ਸਟਾਰਟ ਕੀਤਾ ਹੁੰਦੇ, ਮੰਨ ਲਓ ਹੁਣ ਮੈਂ ਸੈਂਸਾਈ ਬਣਿਆ, ਤਾਂ ਹਜੇ ਮੈਂ ਕਰਦਾ ਪਿਆ, ਮੈਨੂੰ ਹਜੇ 3-4 ਸਾਲ ਹੋਰ ਲੱਗਣਗੇ ਅਗਲੀ ਬੈਲਟ ਲੈਣ ਲਈ। 3-4 ਸਾਲ ਹੋਰ ਲੱਗਣੇ? ਹਾਂਜੀ। ਤੇ ਤੁਸੀਂ 17 ਦੇ ਵਿੱਚ 3rd ਰੈਂਕ ਕੀਤੀ? ਬਿਲਕੁਲ ਜੀ, ਬਿਲਕੁਲ, ਯਾਨੀ ਕਿ 3-4 ਸਾਲ ਉਹ ਹੋ ਗਏ, ਬਿਲਕੁਲ ਜੀ, ਹੋਰ ਲੱਗਣਗੇ, ਕਿਉਂਕਿ ਕਾਫੀ ਲੰਬਾ ਟਾਈਮ ਹੈ, ਕਿਉਂਕਿ ਇਹ ਇੱਦਾਂ ਨਹੀਂ ਬਣਦੇ ਲਈ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਹੁੰਦੀ, ਅਸੀਂ ਹੁਣ ਕਰਦੇ ਹਾਂ, ਪਰ ਐਂ ਹੁੰਦਾ ਵੀ ਉਹਦੇ ਇੰਟਰਸ਼ਨ ਲੈਵਲ ਦੀ ਬੈਟਰੀ ਚਾਹੀਦੀ ਹੁੰਦੀ ਆ, ਹੋਰ ਤਰੀਕੇ ਵੀ ਜਾਂਦੇ, ਤੁਹਾਨੂੰ ਵੀ ਤੁਹਾਡਾ ਬੰਦੇ ਪਤਾ ਲੱਗੇ ਮਾਰਸ਼ਲ ਆਰਟ ਕਰਦਾ, ਹੁਣ ਕਿਸੇ ਨੂੰ ਐਂ ਤਾਂ ਹੈ ਨਹੀਂ ਵੀ ਦੇ ਕੇ ਚਲੋ 500 ਰੁਪਏ ਦੇ ਕੇ ਬੈਲਟ ਦੇ ਦਿਓ, ਉਹ ਕੰਮ ਤਾਂ ਹੈ ਨਹੀਂ ਇਹਨਾਂ 'ਚ, ਕਈ ਐਸੋਸੀਏਸ਼ਨ ਇੱਧਰ ਉੱਧਰ ਹੋ ਜਾਂਦਾ ਹੁੰਦਾ, ਪਰ ਆਪਣੇ ਵਾਲੇ ਜਿਹੜੇ ਜੁੜੇ ਹੋਏ ਨੇ ਆਪਣੇ ਸਹੀ ਨੇ ਪੂਰੇ। ਇਹਦੇ ਫਿਰ ਜਿਹੜੇ ਨਵੀਂ ਬਾਈ ਜਿਹੜੇ ਇਹਦੇ ਕੰਪੀਟੀਸ਼ਨ ਹੁੰਦੇ ਨੇ, ਉਹ ਕਿਹੜੇ ਏਰੀਏ ਦੇ ਵਿੱਚ ਔਰਗਨਾਈਜ਼ ਹੁੰਦੇ ਨੇ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਜਗ੍ਹਾ 'ਤੇ ਕੰਪੀਟੀਸ਼ਨ ਕੀਤਾ ਜਾਂਦਾ? ਨਹੀਂ ਨਹੀਂ, ਇਹਦੇ ਅਲੱਗ ਅਲੱਗ ਜਗ੍ਹਾ 'ਤੇ ਹੁੰਦੇ ਹੁੰਦੇ ਨੇ, ਜੇ ਮੰਨ ਲਓ ਹੁਣ ਲੇਟ ਹੁਣ ਹੋ ਰਹੀ ਆ, ਹੁਣ ਸਟੇਟ ਹੋ ਰਹੀ ਆ, 9ਵੇਂ 'ਚ ਹੋ ਰਹੀ ਆ, ਅੱਛਾ, ਥੋੜ੍ਹੀ ਚਿਰ ਬਾਅਦ ਆਪਣੇ 19 ਤਰੀਕ ਹੋਣੀ ਆ ਸਟੇਟ ਸੀਨੀਅਰ ਦੀ ਸਿਰਫ, ਜੇ ਜੇ ਸੀਨੀਅਰ ਖੇਡਣੇ ਬੱਚੇ, ਅੱਛਾ, 19 ਤਰੀਕ ਨੂੰ ਉਹਦੇ ਖੰਨੇ, ਇਹ ਕਦੇ ਪਟਿਆਲੇ ਜਲੰਧਰ ਮਤਲਬ ਅਲੱਗ ਅਲੱਗ ਜਗ੍ਹਾ 'ਤੇ ਹੁੰਦੀ ਹੁੰਦੀ, ਹਰ ਵਾਰ ਚੇਂਜ ਹੁੰਦੀ ਆ, ਅਤੇ ਸਕੂਲ ਗੇਮ ਦੇ ਮੈਚ ਹੁੰਦੇ ਨੇ, ਉਹ ਸਕੂਲ ਗੇਮ ਹੁੰਦੀ ਆ ਵੀ ਉਹ ਪੰਜਾਬ ਐਜੂਕੇਸ਼ਨ ਬੋਰਡ ਡਿਪਾਰਟਮੈਂਟ ਕਰਦਾ ਹੁੰਦਾ ਵੀ ਕਿੱਥੇ ਹੋਊਗੀ। ਅਤੇ ਇੱਕ ਚੀਜ਼ ਜਿਵੇਂ ਆਪਾਂ ਪਹਿਲਾਂ ਮੈਂ ਦਰਸ਼ਕਾਂ ਨੂੰ ਵੀ ਬੜੀ ਮੈਨੂੰ ਇੰਟਰਸਟਿੰਗ ਬੜੀ ਲੱਗੀ ਸੀਗੀ, ਉਹ ਇਹ ਸੀ ਜਿਵੇਂ ਕਿ ਇਹ ਜਪਾਨ ਦੀ ਖੇਡ ਹੈ, ਇਹ ਜਪਾਨੀਆਂ ਦੀ ਖੇਡ ਹੈ, ਅਤੇ ਜਿਵੇਂ ਇਹ ਪੰਜਾਬ ਦੇ ਵਿੱਚ ਐਸੀ ਘਰ ਕਰ ਗਈ ਕਿ ਵੀ ਲੋਕ ਖੇਡਣ ਲੱਗੇ, ਹੁਣ ਜਿਵੇਂ ਆਪਾਂ ਦੇਖਿਆ ਵੀ ਛੋਟੇ ਛੋਟੇ ਬੱਚੇ ਬੈਠੇ ਨੇ, ਇਹ ਸਾਰੇ ਜਿਹੜੇ ਯੰਗ ਯੂਥ ਹੈ ਇਹ ਖੇਡ ਰਿਹਾ, ਇਹਨਾਂ ਦੇ ਵਿੱਚ ਜਿਵੇਂ ਕਿ ਕਾਊਂਟਿੰਗ ਆਪਾਂ ਜਿਵੇਂ ਪੰਜਾਬੀ ਦੇ ਵਿੱਚ 1, 2, 3, 4, 5, 6, ਤੁਸੀਂ ਦੱਸਿਆ ਕਿ ਇਹਦੇ ਵਿੱਚ ਕਾਊਂਟਿੰਗ ਵੀ ਅਲੱਗ ਹੁੰਦੀ ਹੈ? ਬਿਲਕੁਲ ਜੀ, ਬਿਲਕੁਲ, ਇਹ 'ਚ ਕਾਊਂਟਿੰਗ ਅਲੱਗ ਹੁੰਦੀ ਹੈ, ਇਹ 'ਚ ਬੋਲਦੇ ਹੁੰਦੇ ਨੇ ਇੱਚ ਨੇ ਸਨ ਸ਼ੀ ਗੋ ਰੁਕ ਸਿੱਚ ਅੱਚ ਕੋ ਜ਼ੋ, ਇਹ 10 ਤੱਕ ਗਿਣਤੀ ਹੋਈ ਹੈ, ਇਹ 10 ਤੱਕ ਹੋ ਗਈ, ਅਤੇ ਸਭ ਨੂੰ ਆਉਂਦੇ ਜਿਹਨੂੰ ਮਰਜ਼ੀ, ਛੋਟੇ ਬੱਚੇ ਬੈਠੇ ਉੱਧਰ ਤੁਸੀਂ ਪੁੱਛ ਸਕਦੇ ਹੋ, ਇਕੱਲੇ ਇਕੱਲੇ ਨੂੰ ਮੂੰਹ ਜਵਾਨੀ ਡੱਟੀ ਪਈ ਆ। ਅੱਛਾ, ਸ਼ੁਰੂਆਤ ਬੱਚੇ ਨੂੰ ਫਿਰ ਤੁਸੀਂ ਇੱਥੋਂ ਹੀ ਕਰਾਉਂਦੇ ਹੋ ਪਹਿਲਾਂ ਆਪਾਂ ਕਾਊਂਟਿੰਗ ਸਿਖਾਉਂਦੇ ਹੋ? ਇਹ ਕੀ ਹੁੰਦਾ ਜਦੋਂ ਆਪਾਂ ਕੋਈ ਵੀ ਐਕਸਾਈਜ਼ ਲਾਉਂਦੇ ਹਾਂ, ਅਸੀਂ 1, 2, 3 ਗਿਣਦੇ ਨਹੀਂ, ਅੱਛਾ, ਅਸੀਂ ਗਿਣਤੀ ਵਾ ਸਟਾਰਟ ਕਰ ਦਿੰਦੇ, ਇੱਚ ਨੇ ਸ਼ਾਂ ਸੀ, ਉਹ ਸਾਊਂਡ ਹੈ ਗਿਣੀਆਂ ਦਾ ਪਿੱਛੇ ਹੋਣੇ, ਜਿਵੇਂ ਨੰਬਰ ਯਾਦ ਕਰਦੇ, ਫੋਨ ਨੰਬਰ ਯਾਦ ਕਰ ਲੈਣਾ ਨੇ, ਉਵੇਂ ਸੇਮ ਇੱਚ ਨੇ ਸ਼ਾਂ ਯਾਦ ਹੋ ਜਾਂਦਾ ਹੁੰਦਾ, ਕਿਉਂਕਿ ਅਸੀਂ ਸ਼ਬਦ ਦੂਜਾ ਯੂਜ਼ ਨਹੀਂ ਕਰਦੇ। ਜਿੱਦਾਂ ਹੁਣ ਤੁਸੀਂ ਦੇਖਣਾ ਕਈ ਸਕੂਲਾਂ ਜਿਵੇਂ ਕਹਿੰਦੇ ਵੀ
ਉਹ ਸਾਡੇ ਲਈ ਬਿਲਕੁਲ ਨਵੀਂ ਸੀ ਉਹ ਜਿੱਦਾਂ ਜਿਵੇਂ ਆਪਾਂ ਕੱਤਕ ਖੇਡਦੇ ਹਾਂ ਉਹ ਸੇਮ ਹੁੰਦੇ ਡੰਡਾ ਹੁੰਦਾ ਉਹਦੇ ਪਰ ਲੱਗੇ ਹੁੰਦੇ ਲੈਦਰ 'ਚ ਲੱਗੀ ਹੁੰਦੀ ਆ ਇੱਕ ਨਾਲ ਹੁੰਦੇ ਢਾਲ ਆਪਾਂ ਉਹਦੇ ਨਾਲ ਖੇਡਣਾ ਹੁੰਦਾ ਹਾਂ ਹਾਂ ਅਤੇ ਉਹ ਮੈਂ ਸਟਾਰਟ ਕਰਾਉਣੀ ਸੀ ਮੈਨੂੰ ਕਹਿੰਦੇ ਵੀ ਤੈਨੂੰ ਚੈਲੇਂਜ ਆ ਵੀ ਤੂੰ ਕਰਾ ਕੇ ਦਿਖਾ ਤਾਂ ਉਹ ਗੇਮ ਸਾਡੇ ਲਈ ਬਿਲਕੁਲ ਨਵੀਂ ਸੀ ਪਰ ਤੁਸੀਂ ਦੇਖੋ ਅਸੀਂ ਆਲ ਓਵਰ ਪੰਜਾਬ 'ਚ ਮੁੰਡੇ ਫਸਟ ਅਤੇ ਕੁੜੀਆਂ ਸੈਕਿੰਡ ਆਈਆਂ ਸੀਗੀਆਂ ਉਹ ਬਣਿਆ ਪਿਆ ਅਜੇ ਤੱਕ ਅਤੇ ਅਸੀਂ ਬਣਾਇਆ ਵੀ ਖੁਦ ਅਸੀਂ ਆਪ ਹੀ ਸੀਗਾ ਕਿਉਂਕਿ ਸਾਨੂੰ ਪਤਾ ਨਹੀਂ ਮਾਰਕੀਟ ਮਿਲਣਾ ਕਿੱਥੋਂ ਉਹ ਅਸੀਂ ਆਪ ਹੀ ਸਿਲਾਈ ਕਰਵਾ ਕੇ ਡੰਡੇ ਬਣਵਾ ਲਏ ਚੱਕ ਫੜਾਇਓ ਆਹ ਫੜਾਇਓ ਅੱਛਾ ਇਹ ਚੀਜ਼ ਤੁਸੀਂ ਬਣਾਈ ਸੀ ਇਹ ਇਹ ਵਰਤੀ ਕਿਵੇਂ ਜਾਂਦੀ ਹੈ ਬਾਈ ਇਹਨੂੰ ਵਰਤ ਕੇ ਵੀ ਦਿਖਾਓ ਹੁਣ ਚੱਕੋ ਵੀ ਚਲੋ ਵੀ ਰਵੀ ਚੱਕੋ ਅੱਛਾ ਇਹ ਤੁਸੀਂ ਜਿਹੜੀਆਂ ਚੀਜ਼ਾਂ ਤੁਸੀਂ ਆਪ ਹੀ ਬਣਾ ਲਈਆਂ ਘਰ ਇਹ ਮਿਲ ਗਏ ਸੀ ਆਪਾਂ ਜਿਵੇਂ ਆਪਾਂ ਗੱਤਕਾ ਸ਼ੋਪ ਹੁੰਦੀ ਹੁੰਦੀ ਉੱਥੋਂ ਮਿਲ ਗਏ ਸੀ ਅਤੇ ਇਹ ਅਸੀਂ ਆਪ ਬਣਾ ਲਏ ਸੀ ਇਹ ਤੁਸੀਂ ਆਪ ਹੀ ਬਣਾ ਦੱਸਿਆ ਨਾ ਬਾਪੂ ਟੇਲਰ ਨੇ ਚਲੋ ਫਿਰ ਆਪਾਂ ਹੁਣ ਦਿਖਾਈਏ ਇਹ ਇਹਦਾ ਹੁਣ ਕਿਵੇਂ ਇਸਤੇਮਾਲ ਕਿਵੇਂ ਕਰਾਂਗੇ ਇਸ ਨਾਲ ਐਕਸਪਲੇਨ ਜ਼ਰੂਰ ਕਰਿਓ ਰੋਕਣ ਲਈ ਇਹ ਮਾਰਨ ਲਈ ਜਿਹੜਾ ਰਾਈਟ ਹੈਂਡ ਦੇ ਆਪਾਂ ਮਾਰਨਾ ਹੁੰਦਾ ਲੈਫਟ ਤੋਂ ਆਪਾਂ ਰੋਕਣਾ ਹੁੰਦਾ ਠੀਕ ਹੈ ਜੇ ਇਹ ਸਿਰ 'ਤੇ ਮੰਨਗੇ ਤਾਂ ਇੱਕ ਪੁਆਇੰਟ ਪਿੱਛੇ ਮੰਨਗੇ ਤਾਂ ਦੋ ਪੁਆਇੰਟ ਜੇ ਨਾਲ ਲੱਤ ਮੰਨਗੇ ਉਹਦੇ 3 ਪੁਆਇੰਟ ਅਤੇ ਉਰੇ ਮਾਰਦੇ 5 ਪੁਆਇੰਟ ਐਵੇਂ ਅਲੱਗ ਅਲੱਗ ਹੁੰਦੇ ਨੇ ਅੱਛਾ ਇਹਦੇ ਵੀ ਪੁਆਇੰਟਸ ਨੇ ਇਹਦੇ ਜੁੜਦੇ ਨੇ ਬਿਲਕੁਲ ਜੀ ਬਿਲਕੁਲ ਯਾਨੀ ਕਿ ਹੁਣ ਇਹਨਾਂ ਨੂੰ ਕਹੋ ਵੀ ਕਰਨੇ ਇਹ ਕਾਪੀ ਜਿਹੜਾ ਜਿਵੇਂ ਕਰਨਗੇ ਟਾਈ ਲੋ ਮਸ਼ਾ ਜਿਵੇਂ ਇੱਥੇ ਰੋਕਤੀ ਇਹਨਾਂ ਨੇ ਹੁਣ ਉੱਥੇ ਕਿੱਕ ਮਾਰੀ ਆ ਤਾਂ ਇਹਦੇ 2 ਪੁਆਇੰਟ ਅੱਛਾ ਇਹਦੇ 2 ਪੁਆਇੰਟ ਪਲੱਸ ਹੋ ਗਏ ਹਾਂਜੀ ਉਹ ਰੋਕਣ ਦੇ ਵਿੱਚ ਸਫਲ ਰਿਹਾ ਤਾਂ ਉਹਦੇ ਪੁਆਇੰਟ ਉਹਦਾ ਕੋਈ ਪੁਆਇੰਟ ਨਹੀਂ ਜਿਹਦੇ ਜਿਹਨੇ ਮਾਰੀ ਬਾਰ ਟੱਚ ਕਰਤਾ ਜਿਹਨੇ ਸਰੀਰ ਨੂੰ ਟੱਚ ਕਰਤਾ ਉਹਦੇ ਪੁਆਇੰਟ ਵਧ ਦੇਣੇ ਅਰੇ ਕੀ ਬਾਤ ਅੱਛਾ ਬਾਈ ਇਹ ਜਿਵੇਂ ਹੁਣ ਚੀਜ਼ ਸੀਗੀ ਇਹ ਫਿਰ ਤੁਸੀਂ ਜਿਵੇਂ ਕਿ ਹੁਣ ਚਲੋ ਤੁਸੀਂ ਇਹ ਬਣਾ ਲਿਆ ਇਹਦੇ ਵਿੱਚ ਹੋਰ ਇਹ ਸੀ ਕਿੰਨੀਆਂ ਕੁ ਚੀਜ਼ਾਂ ਹੁੰਦੀਆਂ ਨੇ ਇਕੁਇਪਮੈਂਟ ਕਿਹੜੇ ਕਿਹੜੇ ਹੁੰਦੇ ਨੇ ਜਿਵੇਂ ਆਹ ਆ ਅਸਲ 'ਚ ਇਹ ਨਾ ਸੀਗਾ ਸਕੇਮ ਮਾਰਸ਼ਲ ਆਰਟ ਪਹਿਲਾਂ ਨਾ ਅੰਡਰ 11 ਦੀ ਚਲੋ ਕਰਾਟੇ ਨਹੀਂ ਅਸੀਂ ਉਸਨੂੰ ਸਕੇਮ ਮਾਰਸ਼ਲ ਆਰਟ ਆਏ ਸੀਗਾ ਤਾਂ ਅਸੀਂ ਕਿਹਾ ਵੀ ਨਹੀਂ ਬੱਚੇ ਨੂੰ ਪਾਰਟੀ ਵਿੱਚ ਕਰਾਉਣਾ ਜੋ ਮਰਜ਼ੀ ਹੋਵੇ ਜਿਹੜਾ ਮਰਜ਼ੀ ਹੈ ਤਾਂ ਮਾਰਸ਼ਲ ਆਰਟ ਜਿਹੜੀ ਚੀਜ਼ ਮਾਰਸ਼ਲ ਆਰਟ ਵੜ ਗਿਆ ਸੀ ਪੰਗਾ ਲੈਣਾ ਅੱਛਾ ਕਿਉਂਕਿ ਮਾਰਸ਼ਲ ਆਰਟ ਕਰਦੇ ਆਏ ਸ਼ੁਰੂ ਤੋਂ ਅਤੇ ਉਸ ਤੋਂ ਬਾਅਦ ਜਿਹੜੇ ਹੁਣ ਕਰਾਟੇ ਹੁੰਦੇ ਨੇ ਉਹਨਾਂ ਤਾਂ ਗਲਵਜ਼ ਸ਼ੇਨ ਬੜ ਸਾਰੇ ਹੁੰਦੇ ਨੇ ਬੇਟਾ ਲੈ ਕੇ ਆਉਂਗੇ ਖੁਸ਼ੀ ਚੱਕ ਲਿਓ ਉਹ 'ਚ ਪੂਰਾ ਪ੍ਰੋਕਿਟ ਹੁੰਦੀ ਹੈ ਮਤਲਬ ਬੱਚੇ ਦੇ ਹੱਥਾਂ 'ਚ ਪਾਉਣ ਨੂੰ ਲੱਤਾਂ 'ਚ ਪਾਉਣ ਨੂੰ ਪੈਰਾਂ 'ਚ ਪਾਉਣ ਨੂੰ ਵੀ ਕਿਸੇ ਤਰੀਕੇ ਸੱਟ ਨਹੀਂ ਲੱਗ ਸਕਦੀ ਬੱਚੇ ਦੇ ਮਤਲਬ ਘਰ ਦੇ ਬੇਫਿਕਰ ਹੋਏ ਕਰਾਟੇ ਕਰਾ ਸਕਦੇ ਨੇ ਬਿਨਾਂ ਸੱਟ ਲੱਗੂਗੀ ਹਾਂ ਪ੍ਰੋਪਰ ਹੈੱਡ ਗਾਰਡ ਪਾਇਆ ਹੁੰਦਾ ਹਾਂ 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 ਅੱਛਾ ਉਹ ਇਸੇ ਗੇਮ ਦੇ ਵਿੱਚ ਆਇਆ ਹਾਂਜੀ ਹਾਂਜੀ ਅੱਛਾ ਆਪਾਂ ਜਿਵੇਂ ਤੁਸੀਂ ਦੱਸਿਆ ਜਿਵੇਂ ਇੱਕ ਕੁੜੀ ਦਾ ਆਪਾਂ ਪਹਿਲਾਂ ਦਿਖਾ ਰਹੇ ਸੀਗੇ ਵੀ ਕੁੜੀ ਸੈਲਫ ਡਿਫੈਂਸ ਵਾਸਤੇ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਲੋਕਾਂ ਨੂੰ ਵੀ ਦੱਸਿਆ ਸੀਗਾ ਦਰਸ਼ਕਾਂ ਨੂੰ ਵੀ ਦੱਸਿਆ ਸੀਗਾ ਕਿ ਜਿਵੇਂ ਧੀਆਂ ਵਾਸਤੇ ਜਿਵੇਂ ਅੱਜ ਕੱਲ੍ਹ ਤਾਂ ਕਹਿੰਦੇ ਨੇ ਟਾਈਮ ਬੜਾ ਮਾੜਾ ਚੱਲਦਾ ਰਾਤ ਨੂੰ ਧੀ ਇਕੱਲੀ ਕਿਤੇ ਨਿਕਲ ਨਹੀਂ ਸਕਦੀ ਇਸ ਚੀਜ਼ ਦੇ ਵਿੱਚ ਇਹ ਚੀਜ਼ ਬਹੁਤ ਕਾਰਗਰ ਸਾਬਤ ਹੁੰਦੀ ਹੈ ਤੁਹਾਨੂੰ ਰਿਜ਼ਲਟ ਆਉਂਦੇ ਵੀ ਹੋਣਗੇ ਇਸ ਚੀਜ਼ ਦੇ ਬਿਲਕੁਲ ਜੀ ਬਿਲਕੁਲ ਨਾ ਕਿ ਕਿਹਾ ਜਾਂਦਾ ਜਦੋਂ ਮਾਰਸ਼ਲ ਆਰਟ ਦੀ ਗੱਲ ਹੁੰਦੀ ਹੈ ਨਾ ਵੀ ਤੁਸੀਂ ਇਹ ਕਰਾਟੇ ਨਾ ਕਰੋ ਬੱਚੇ ਨੂੰ ਐਂ ਕਰੋ ਮੈਂ ਕਹਿੰਦਾ ਕਰਾਟੇ ਤੋਂ ਪਹਿਲਾਂ ਕਰੋ ਤੁਸੀਂ ਉਹਨਾਂ ਨੂੰ ਚਾਹੇ ਥੋੜ੍ਹੀ ਚਿਰ ਲਈ ਕਰਾ ਦਿਉ 3 ਮਹੀਨੇ ਦਾ ਕੋਰਸ ਦੇ ਦਿਉ 6 ਮਹੀਨੇ ਦਾ ਕੋਰਸ ਕਰਾ ਦਿਉ ਵੀ ਉਹਨਾਂ ਨੂੰ ਕਰਾ ਦਿਉ ਅਸੀਂ ਬੱਚੇ ਨੂੰ ਐਂ ਨਹੀਂ ਕਰਦੇ ਵੀ ਸਾਡੇ ਕੋਲੇ ਚੱਲੋ ਅਸੀਂ ਬੱਚੇ ਨੂੰ ਕਰਾਉਂਦੇ ਬਹੁਤ ਘਰੇ ਪ੍ਰੈਕਟਿਸ ਸਿਰ ਚੱਲ ਜਿਹੜੀ ਚੀਜ਼ ਨੂੰ ਕਰਾਤੀ 3 ਮਹੀਨੇ ਲਾਓ 3 ਮਹੀਨੇ ਜੇ ਬੇਸਿਕ ਕਰਾਉਂਦੇ ਵੀ ਸਾਡੇ ਵਾਸਤੇ ਬੇਸਿਕ ਆਏ ਜੇ ਕਿਸੇ ਨੇ ਹੱਥ ਫੜਿਆ ਲੱਤ ਫੜੀ ਅਸਲ 'ਚ ਇਹ ਨਹੀਂ ਕਿ ਮੈਂ ਉਹਨੂੰ ਟੈਕਨੀਕਾਂ ਸਿਖਾਉਣਾ ਟੈਕਨੀਕਾਂ ਤਾਂ ਹੀ ਦੇਖੇ ਤਾਂ ਇਲਾਵਾ ਲੱਖਾਂ ਤੋਂ ਵੱਧ ਟੈਕਨੀਕਾਂ ਨੇ ਕਿੰਨੇ ਸਿਖਾ ਦਾਂਗੇ ਅਸਲ 'ਚ ਗੱਲ ਕੀ ਉਹ ਬੱਚੇ ਦਾ ਜਿਗਰਾ ਖੁੱਲਦਾ ਵੀ ਹਾਂ ਤੂੰ ਹੱਥ ਤਾਂ ਲਾਦਾ ਮਸਾ ਮਤਾ ਕਰਨਾ ਕਿਵੇਂ ਕਿਉਂਕਿ ਬੱਚੇ ਤਾਕਤ ਸਭ 'ਚ ਆ ਕੁੜੀਆਂ 'ਚ ਵੱਧ ਹੁੰਦੀ ਆ ਕੁੜੀਆਂ ਮਾੜੀਆਂ ਨਹੀਂ ਹੈਗੀਆਂ ਲੋਕੀ ਕਹਿੰਦੇ ਵੀ ਕੁੜੀ ਥੱਲੇ ਆ ਵੀ ਇਹ ਕੁਛ ਨਹੀਂ ਕਰ ਸਕਦੀ ਅਸਲ 'ਚ ਕੁੜੀਆਂ ਦੱਬੀ ਆਪਣੇ ਹੋਇਆ ਵੀ ਦੱਬ ਤੋਂ ਕੁੜੀਆਂ ਨੂੰ ਕੁੜੀ ਕੁਛ ਨਹੀਂ ਕਰ ਸਕਦੀ ਵੀ ਇਹ ਤੂੰ ਕੁੜੀਆਂ ਤੂੰ ਨਹੀਂ ਕੁਛ ਕਰ ਸਕਦੀ ਕੁੜੀ ਨੂੰ ਹੌਸਲਾ ਦਿਓ ਅੱਛਾ ਤੁਹਾਡੇ ਨਾਲ ਤੁਹਾਡੇ ਕੋਲ ਕਿੰਨੇ ਕੁ ਬੱਚੇ ਟੋਟਲ ਸਟਰੈਂਥ ਕਿੰਨੀ ਕਿੰਨੇ ਕੁ ਬੱਚੇ ਆਉਂਦੇ ਨੇ ਤੁਹਾਡੇ ਕੋਲ 40 ਬੱਚੇ ਆ ਰਹੇ ਨੇ 40 ਬੱਚੇ ਤੇ ਉਹਨਾਂ ਵਿੱਚੋਂ ਕੁੜੀਆਂ ਜਿਵੇਂ ਹੁਣ ਇਹਨਾਂ ਨੇ ਵੀ ਮੈਡਲ ਲਏ ਹੋਏ ਨੇ ਹਾਸਲ ਹਾਂਜੀ ਬਿਲਕੁਲ ਇਹ ਆਪਣੀ ਡਿਸਟ੍ਰਿਕਟ 'ਚੋਂ ਮੈਡਲ ਆਇਆ ਸੀ ਸਟੇਟ ਲੈਵਲ 'ਤੇ ਖੇਡੀ ਆ ਅਤੇ ਹੁਣ ਇਸ ਵਾਰ ਸਟੇਟ 'ਚੋਂ ਮੈਡਲ ਕੱਢੂਗੀ ਕਿਆ ਵਾ ਹੁਣ ਆਪਾਂ ਸੈਲਫ ਡਿਫੈਂਸ ਤੋਂ ਜਿਵੇਂ ਗੱਲ ਕਰ ਰਹੇ ਸੀ ਨਾਲ ਨਾਲ ਤੁਸੀਂ ਐਕਸਪਲੇਨ ਜ਼ਰੂਰ ਕਰਿਓ ਦਰਸ਼ਕ ਦੇਖਣਾ ਵੀ ਚਾਹੁੰਦੇ ਨੇ ਕਿਉਂਕਿ ਦਰਸ਼ਕ ਸਰੋਤ ਕਿਉਂਕਿ ਮੈਂ ਇਹ ਇਸ ਕਰਕੇ ਦਿਖਾ ਰਿਹਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਕਿਹਾ ਜਾਂਦਾ ਨਾ ਵੀ ਬੜਾ ਮਾੜਾ ਟਾਈਮ ਚੱਲ ਰਿਹਾ ਫਲਾਣਾ ਹੋ ਰਿਹਾ ਇਹ ਵੋ ਹੋ ਰਿਹਾ ਪਰ ਉਸ ਟਾਈਮ ਦੇ ਵਿੱਚ ਤੁਸੀਂ ਵੇਖਿਓ ਹੁਣ ਸੈਲਫ ਡਿਫੈਂਸ ਦੀ ਕਈ ਟੈਕਨੀਕਾਂ ਦੱਸੇ ਜਾਣਗੇ ਜੇ ਮੰਨ ਲਓ ਤੁਹਾਨੂੰ ਕੋਈ ਛੇੜਨ ਦੀ ਕੋਸ਼ਿਸ਼ ਕਰਦਾ ਉਹ ਦੇਖੋ ਜਿਵੇਂ ਉਹਨਾਂ ਨੇ ਕੀਤਾ ਵੀ ਉਹਦਾ ਹੱਥ ਫੜਿਆ ਤਾਂ ਉਹਨੇ ਹੱਥ ਮਰੋੜ ਕੇ ਦੀ ਬਾਂਹ ਫੜ ਲਈ ਅੱਛਾ ਤੁਹਾਨੂੰ ਤੇਜ਼ ਨਹੀਂ ਪਤਾ ਲੱਗਾ ਤੁਹਾਨੂੰ ਸੀ ਕਲੀਅਰ ਕਰ ਹਾਂ ਇਸ ਨੂੰ ਇਹਨਾਂ ਨੂੰ ਥੋੜਾ ਇੱਥੇ ਇੱਥੇ ਆ ਜਾਓ ਥੋੜਾ ਅੱਗੇ ਆ ਜਾਓ ਜਿਵੇਂ ਮੈਂ ਉਹਦਾ ਉਹ ਹੱਥ ਫੜਿਆ ਤਾਂ ਉਹਦਾ ਬਚਣਾ ਤਰੀਕਾ ਕੀ ਆਹ ਪਾਸੇ ਘੁਮਾਉਣਾ ਆਪਾਂ ਨੇ ਆਹ ਦੇਖੋ ਘੁਮਾਇਆ ਹੋ ਰਿਹਾ ਇਹ ਤੁਸੀਂ ਕੋਈ ਵੀ ਕਰ ਸਕਦੇ ਹੋ ਅੱਛਾ ਹੱਕ ਲਾਈ ਹੱਥ ਛੁੱਟ ਗਿਆ ਉਹ ਬਿਲਕੁਲ ਛੁੱਟ ਗਿਆ ਜਿੰਨਾ ਮਰਜ਼ੀ ਬੰਦੇ ਤਕੜਾ ਫੜਿਆ ਜਿਵੇਂ ਉਰੋਂ ਫੜਿਆ ਨਾ ਜੇ ਮੰਨ ਲਓ ਨਹੀਂ ਵੀ ਛੱਡਦਾ ਕੁਝ ਨਹੀਂ ਕਰਨਾ ਆਪਾਂ ਹਲਕਾ ਰਾਉਂਡ ਦੇਣਾ ਉਰੋਂ ਆਹ ਦੇਖੋ ਹੱਥ ਉਲਟਾ ਫੜ ਦੇਣਾ ਉਰੋਂ ਮਰੋੜ ਕੇ ਜੋ ਮਰਜ਼ੀ ਕਰ ਲਓ ਤੁਹਾਨੂੰ ਫਿਰ ਉਹ ਕੁਝ ਨਹੀਂ ਕਰ ਪਾਊਗਾ ਠੀਕ ਹੈ ਇਹ ਪਹਿਲਾ ਸਟੈਪ ਹੈ ਐਸੀ ਹੋਰ ਕਿਹੜੀ ਕਿਹੜੀਆਂ ਤਕਨੀਕਾਂ ਨੇ ਹਾਂਜੀ ਨੈਕਸਟ ਹੋ ਬੇਟਾ ਆਹ ਦੇਖੋ ਜਿਵੇਂ ਬਾਲ ਫੜੇ ਸਲੋ
ਪਿਛੋੜੇ ਹੱਥ ਤੁਹਾਡੇ ਖੁੱਲੇ ਪਏ ਨੇ, ਤੁਸੀਂ ਹੱਥ ਐ ਮਾਰਨਾ ਬਸ, ਹੱਥ ਉੱਗੋ ਲੈ ਕੇ ਏਦਾਂ, ਠੀਕ ਹੈ ਹਾਂਜੀ ਬੇਟਾ। ਜੇ ਉਹ ਲੇਟਿਆ ਹੋਇਆ ਇਹ ਹੈਗਾ ਨੀ ਐਂਟੀ ਰੇਪ ਟੈਕਟਿਕਸ, ਠੀਕ ਹੈ, ਜਦੋਂ ਰੇਪ ਦੀ ਗੱਲ ਹੁੰਦੀ ਹੈ ਪੁਜੀਸ਼ਨ ਆਪਾਂ ਨੂੰ ਆਹ ਲੈਣੇ ਪਏ, ਠੀਕ ਹੈ ਵੀ ਬਿਲਕੁਲ, ਜੇ ਆਪਾਂ ਕੁੜੀ ਥੱਲੇ ਹੋਵੇ ਅਤੇ ਉਰੋਂ ਆਪਾਂ ਫੜਿਆ ਹੋਇਆ, ਉਰੋਂ ਫੜਿਆ ਹੁੰਦਾ, ਗਲਾ ਫੜਿਆ, ਕੁਛ ਵੀ ਫੜਿਆ ਹੋਇਆ, ਵੀ ਉਰੋਂ ਕਿੱਦਾਂ ਛੁੱਟਣਾ ਹੈ ਆਹ ਦੱਬਿਆ ਲੱਤ ਲੋਕ ਉੱਪਰੋਂ ਅਤੇ ਐਲਬੋ ਓਕੇ, ਇਹ ਸ਼ੋਅ ਕੀਤਾ ਆਪਾਂ ਵੀ ਭੰਨ ਤੋਂ ਬਾਅਦ ਬੰਦੇ ਨੂੰ ਫੜ ਕੇ ਇੱਕ ਵਾਰ ਥੱਲੇ ਉੱਪਰ ਆ ਗਿਆ ਆਪਾਂ ਉਹਦੇ, ਕਿਉਂਕਿ ਮੇਨ ਕੀ ਸੀ ਜਦੋਂ ਆਪਾਂ ਥੱਲੇ ਹਾਂ ਉਦੋਂ ਮਤਲਬ 50% ਗਏ, 100% ਹਾਰੇ, 90% ਹਾਰੇ ਪਏ ਹਾਂ, ਇੱਕ ਵਾਰ ਪਹਿਲਾਂ ਕਹਿੰਦਾ ਪਹਿਲਾਂ ਸਿਰਫ ਆਪਾਂ ਉੱਪਰ ਆਉਣੇ, ਹੋਰ ਕੁਛ ਨਹੀਂ ਸੋਚਣਾ ਕਰਨ ਲਈ, ਉੱਪਰ ਆ ਗਏ ਫਿਰ ਭੰਨ ਦੋ ਨੂੰ ਫੜ ਕੇ ਓਕੇ। ਇਹਦੇ ਨਾਲ ਕੀ ਹੁੰਦਾ ਬੱਚੇ ਜਦੋਂ ਵਾਰ ਵਾਰ ਟਰਾਈ ਕਰਦੇ ਆ ਇਹਨਾਂ ਨੂੰ ਯਾਦ ਰਹਿੰਦਾ ਦਿਮਾਗ 'ਚ ਵੀ ਜੇ ਕੋਈ ਸੈਸ਼ਨ ਹੋਊਗੀ ਤਾਂ ਉਹ ਕਰ ਲੈਣਗੇ, ਕਿਉਂਕਿ ਨਾ ਪ੍ਰੈਕਟਿਸ ਮੇਕਸ ਪਰਸਨ ਪਰਫੈਕਟ, ਮੈਨ ਪਰਫੈਕਟ ਨਹੀਂ ਕਹਿੰਦੇ ਅਸੀਂ, ਪ੍ਰੈਕਟਿਸ ਮੇਕਸ ਮੈਨ ਪਰਫੈਕਟ ਨਹੀਂ ਕਹਿੰਦੇ, ਕਹਿੰਦੇ ਪ੍ਰੈਕਟਿਸ ਮੇਕਸ ਪਰਸਨ ਪਰਫੈਕਟ, ਕਿਉਂਕਿ ਫਿਰ ਕੁੜੀਆਂ ਕਹਿੰਦੇ ਸਾਨੂੰ ਨਹੀਂ ਗਲਾਏ ਇਹ ਕਹਿੰਦੇ ਮੇਲ ਫੀਮੇਲ ਦੋਨੋਂ ਆਉਂਦੇ ਨੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਚਲੋ ਹੋਰ ਅਗਲੀ ਅਗਲੀ ਹੈਗੀ ਉੱਪਰ ਜਦੋਂ ਬਹਿੰਦੇ ਉਰੇ ਬਿਲਕੁਲ ਉਰੇ ਟਕਣੀ ਪਾਈ ਹੁੰਦੀ ਆ, ਹਾਂ ਤੇ ਉਰੋਂ ਅੱਛਾ ਉੱਪਰੋਂ ਵੀ ਹੱਥ ਫੜ ਲੈਣਾ, ਹਾਂ ਇਹ ਮੈਂ ਤੁਹਾਨੂੰ ਕਲੀਅਰਲੀ ਸਮਝਾਉਣਾ ਬੱਚੋ, ਠੀਕ ਹੈ ਜੀ ਓਕੇ। ਹਰਦੀਪ ਉੱਪਰ ਦੇਖੋ ਇਹ 'ਚ ਕੀ ਸੀਗਾ, ਆਪਾਂ ਪਏ ਬਿਲਕੁਲ ਆਪਾਂ ਨੂੰ ਲੱਕ ਤੋਂ ਦੱਬ ਲਿਆ ਅਤੇ ਉੱਤੋਂ ਹੱਥ ਫੜ ਲਿਆ, ਜੇ ਆਪਾਂ ਦੇਖਿਆ ਤਾਂ ਉਰ ਆਪਾਂ ਐਂ ਕਰੀ ਜਾਵਾਂ ਕੁਛ ਨਹੀਂ ਹੋਣਾ, ਮੂੰਹ ਮਾਰੀ ਜਾਵਾਂ ਕੁਛ ਨਹੀਂ ਹੋਣਾ, ਨਹੀਂ ਹੋਣਾ ਤਾਂ ਉਹ ਟਕਨੀਕ ਕੀ ਕਰਨੀ ਆਪਾਂ ਹਲਕਾ ਇਹਨਾਂ ਲੱਕ ਫੜਨਾ, ਲੱਕ ਨੂੰ ਦੇਖੋ ਆਹ ਚੱਕਣਾ, ਠੀਕ ਹੈ, ਨਾਲ ਇਹਦੇ ਕੀ ਕਰਨਾ ਹੱਥ ਨੂੰ ਆਹ ਖੋਲਣਾ, ਠੀਕ ਹੈ ਪਿੱਛੇ ਨੂੰ ਖੋਲਣਾ, ਹਾਂ ਬਿਲਕੁਲ ਦੋਨੋਂ ਚੀਜ਼ਾਂ ਇਕੱਠੀਆਂ ਕਰਨੀ ਇੱਕ ਵਾਰ 'ਚ, ਉਹਨੇ ਦੱਬਿਆ ਪੂਰਾ ਜੋ ਕਿ ਉਹਨੇ ਜ਼ੋਰ ਲਿਆ ਹੱਥਾਂ 'ਤੇ, ਆਪਾਂ ਐਂ ਕਰਦੇ ਛੱਟ ਨਹੀਂ ਛੱਟ ਨਹੀਂ ਰਿਹਾ ਉਹ, ਨਹੀਂ ਛੱਡ ਆਹ ਕਿੱਦਾਂ ਉਰੋਂ ਫੜਨਾ ਗਲਾ, ਆਹ ਦੇਖੋ ਆਹ ਥੱਲੇ ਹੱਥ, ਹਾਂ ਆਹ ਹੱਥ ਉੱਪਰ, ਆਹ ਘੁਮਾਉਣਾ, ਆਹ ਘੁਮਾ ਕੇ ਨਾਲ ਇਹਦੇ ਉੱਪਰ ਰਹਿਣਾ ਓਕੇ, ਉਹਨੂੰ ਫੜ ਕੇ ਜੇ ਮਰਜ਼ੀ ਅਟੈਕ ਤੁਸੀਂ ਆਹ ਦੇ ਸਕਦੇ ਹੋ, ਆਹ ਦੇ ਸਕਦੇ ਹੋ, ਠੀਕ ਹੈ ਤੁਸੀਂ ਉੱਪਰ ਹੋ, ਹਾਂ ਹੁਣ ਤੁਸੀਂ ਰਾਜੇ ਹੋ ਕਿਉਂਕਿ ਉੱਪਰ ਹੈਗੇ ਤੁਸੀਂ ਮਾਰ ਸਕਦੇ, ਹੁਣ ਤੁਸੀਂ ਕਿਸੇ ਵੀ ਤਰੀਕੇ ਨਾਲ ਅਟੈਕ ਕਰ ਸਕਦੇ ਹੋ। ਇਹ ਕੁੱਲ ਵੈਸੇ ਦੇਖਿਆ ਜਾਵੇ ਤਾਂ ਨਵੀਂ ਬਾਈ ਕਿੰਨੇ ਕੁ ਜਿਵੇਂ ਟੈਕਨੀਕਸ ਨੇ, ਜਿਵੇਂ ਟੈਕਨੀਕਾਂ ਕਾਫੀ ਜਿਵੇਂ ਸੱਤ ਅੱਠ ਤਾਂ ਇਹੀ ਦੱਸਦੀਆਂ, ਦੇਖਿਆ ਵੀ ਟੈਕਨੀਕਾਂ ਬਹੁਤ ਨੇ ਐਕਚੁਅਲੀ, ਕਿ ਉਹਨਾਂ ਜੋ ਬੱਚਾ ਪ੍ਰੈਕਟਿਸ ਕਰਦਾ ਬੱਚਾ ਖੁਦ ਕ੍ਰੀਏਟ ਕਰ ਲੈਂਦੇ ਨੇ, ਹੁਣ ਮੈਨੂੰ ਨਹੀਂ ਪਤਾ ਟੈਕਨੀਕ ਕਿਹਦੀ ਹੈ ਇਹ, ਕਿਹਨੇ ਬਣਾਈ ਹੈ, ਕੀ ਪਤਾ ਅਸੀਂ ਬਣਾਤੀ ਇਹ, ਕਿਉਂਕਿ ਅਸੀਂ ਬਹੁਤ ਜ਼ਿਆਦਾ ਅਸੀਂ ਆਪ ਕਰਦੇ ਨੇ ਵੀ ਆਹ ਗਰਦਨ ਫੜ ਕੇ ਉਹ ਹੋਰ ਤਰੀਕੇ ਨਾਲ ਕਰਦੇ ਅਸੀਂ ਉਰੇ ਕਰ ਦਿੰਦੇ ਹਾਂ, ਹਾਂਜੀ ਹੁਣ ਇਹ 'ਚ ਕਈ ਟੈਕਨੀਕ ਐਵੇਂ ਛੋਟੇ ਬੱਚੇ ਨਹੀਂ ਕਰਾਉਂਦੇ, ਬੜੇ ਬੱਚੇ ਨੂੰ ਗਰਦਨ ਫੜਨ ਵਾਲੀ ਗਰਦਨ ਲੋਕ ਮਸਲ ਲੋਕ, ਹਾਂ ਅਤੇ ਉਹ ਚੀਜ਼ਾਂ ਦੇਖ ਕੇ ਕਰਾਉਣੀ ਪੈਂਦੀ, ਬੱਚੇ ਦੀ ਏਜ ਕਿੰਨੀ ਹੈ, ਬੱਚੇ ਨੂੰ ਕੋਈ ਕਰਾਉਣੀ ਕਿ ਨਹੀਂ, ਕਿਤੇ ਬੱਚਾ ਘਰੇ ਮੰਮੀ ਡੈਡੀ ਦੀ ਲਾ ਦੇਵੇ, ਇਹ ਵੀ ਥੋੜ੍ਹਾ ਅੱਛਾ, ਤੁਹਾਡੀ ਬੱਚੇ ਏਜ ਕੀ, ਅੱਗੇ ਆ ਜਾਓ, ਤੁਹਾਡੀ ਕਿੰਨੀ ਏਜ ਹੈ, 15, ਕੀ ਨਾਮ ਹੈ, ਖੁਸ਼ੀ ਜਦੋਂ, ਤੁਸੀਂ ਇੱਥੇ ਲੋਕਲੀ ਮੰਡੀ ਗੋਬਿੰਦਗੜ੍ਹ ਤੋਂ, ਹਾਂਜੀ, ਅੱਛਾ ਫਿਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਰਾਟੇ ਕਰਦੇ ਨੂੰ, ਮੈਨੂੰ 2 ਇਅਰਸ ਹੋ ਗਏ, 2 ਸਾਲ ਹੋ ਗਏ, ਕਿਹੜੀ ਕਲਾਸ ਕਿਹੜੀ 'ਚ ਪੜ੍ਹਦੇ ਹੋ, 10th, ਅੱਛਾ ਸਕੂਲ ਲੈਵਲ ਦੇ ਵਿੱਚ ਜਿਵੇਂ ਤੁਸੀਂ ਮੈਡਲ ਡਿਸਟ੍ਰਿਕਟ ਲੈਵਲ ਤੇ ਤੁਸੀਂ ਮੈਡਲ ਹਾਸਲ ਕੀਤਾ ਆ, ਤੇ ਘਰਦੇ ਹੁਣ ਖੁਸ਼ ਨੇ ਮਤਲਬ ਕਿ ਵੀ ਤੁਸੀਂ ਇਸ ਫੀਲਡ ਦੇ ਵਿੱਚ ਕਰ ਰਹੇ ਹੋ, ਤੁਸੀਂ ਅੱਗੇ ਜਾ ਰਹੇ ਹੋ, ਹਾਂਜੀ ਖੁਸ਼ ਨੇ, ਸਪੋਰਟ ਕਰਦੇ ਨੇ, ਹਾਂਜੀ ਪੂਰਾ, ਬ੍ਰਦਰ ਹੈਗਾ ਕੋਈ ਛੋਟਾ, ਹਾਂਜੀ ਇੱਕ ਹੈਗਾ, ਅੱਛਾ ਛੋਟਾ, ਬ੍ਰਦਰ ਤੇ ਕੁੜੀ ਤੇ ਭੈਣ ਤਾਂ ਆਪਸ ਦੇ ਵਿੱਚ ਲੜਦੇ ਰਹਿੰਦੇ ਹੁੰਦੇ ਨੇ, ਤੁਹਾਡੀ ਹੁੰਦੀ ਹੈ ਲੜਾਈ, ਬਹੁਤ ਹੁੰਦੀ ਹੈ, ਤੇ ਇਹ ਤਕਨੀਕ ਕਦੇ ਉਹਦੇ ਤੇ ਤਾਂ ਨਹੀਂ ਅਜ਼ਮਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਬਿਲਕੁਲ ਨਹੀਂ, ਪਰ ਉਹਨੂੰ ਸਿਖਾਉਣ ਦੀ ਕੋਸ਼ਿਸ਼ ਤਾਂ ਕਰੋਗੇ, ਬਿਲਕੁਲ ਵੀ, ਅੱਛਾ ਜੀ ਅੱਜ ਮੰਨ ਲਓ ਹੁਣ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿਵੇਂ ਤੁਸੀਂ ਛੋਟੇ ਹੋ ਵੀ ਜਦ ਕਹਿ ਦਿੰਦੇ ਨੇ ਵੀ ਮੁਹੱਲੇ ਦੇ ਵਿੱਚ ਧੀ ਨੂੰ ਕੁੜੀ ਨੂੰ ਇਕੱਲੇ ਨਹੀਂ ਜਾਣ ਦੇ ਸਕਦੇ, ਵੀ ਕਹਿੰਦੇ ਸਮਾਂ ਚੰਗਾ ਨਹੀਂ ਚੱਲ ਰਿਹਾ, ਤੁਹਾਨੂੰ ਲੱਗਦਾ ਵੀ ਇਹ ਤਕਨੀਕਾਂ ਨਾਲ ਤੁਸੀਂ ਆਪਣਾ ਬਚਾਅ ਆਪ ਕਰ ਸਕਦੇ ਹੋ? ਹਾਂਜੀ ਕਰ ਸਕਦੇ ਨੇ, ਬਟ ਆਪਣੀ ਸੇਫਟੀ ਖੁਦ ਹੁੰਦੀ ਹੈ, ਸਾਨੂੰ ਆਪਣੀ ਸੇਫਟੀ ਖੁਦ ਰੱਖਣੀ ਚਾਹੀਦੀ ਹੈ, ਬਟ ਜਿਵੇਂ ਕਹਿੰਦੇ ਨੇ ਇਕੱਲੇ ਨਹੀਂ ਜਾ ਸਕਦੇ, ਇਹ ਸਹੀ ਨਹੀਂ ਹੈਗਾ, ਜਾ ਸਕਦੇ ਨੇ ਅਸੀਂ, ਬਟ ਆਪਣੀ ਸੇਫਟੀ ਖੁਦ ਹੋਣੀ ਚਾਹੀਦੀ ਹੈ। ਤੁਹਾਨੂੰ ਪੂਰਾ ਕੌਨਫੀਡੈਂਸ ਹੈ ਜੇ ਮੰਨ ਲਓ ਕੋਈ ਤੁਹਾਨੂੰ ਜਿਵੇਂ ਹੁਣ ਇਹ ਆਪਾਂ ਉਹ ਕਰ ਰਹੇ ਹਾਂ, ਜੇ ਮੰਨ ਲਓ ਨਾ ਰੱਬ ਨਾ ਕਰੇ ਕੋਈ ਇੱਦਾਂ ਦਾ ਕੋਈ ਸਿਰ ਫਿਰਾ ਕੇ ਟੱਕਰਦਾ ਤੁਹਾਨੂੰ, ਤਾਂ ਤੁਸੀਂ ਉਹਨੂੰ ਪੂਰੀ ਟੱਕਰ ਦੇ ਸਕਦੇ ਹੋ? ਹਾਂਜੀ ਦੇ ਸਕਦੇ, ਕੌਨਫੀਡੈਂਸ ਹੈਗਾ ਪੂਰਾ ਫੁੱਲ। ਕੀ ਬਾਤ ਹੈ, ਇੱਕ ਚੀਜ਼ ਤਾਂ ਮੈਂ ਦੇਖਿਆ ਬਾਈ, ਗੱਲੀ ਆ ਇਹ ਆਉਂਦੀ ਵੀ ਗੱਲੀ ਆ, ਉਧਰੋਂ ਸੂਏ ਤੋਂ ਆਉਂਦੀ ਇਹ, ਸਵੇਰੇ ਸਾਈਕਲ ਦੇ ਸਵੇਰ ਦਾ ਬੈਚ ਲਾਉਂਦੇ 6 ਤੋਂ 7, ਤਾਂ 5:30 ਤੋਂ ਆਉਣਾ ਪੈਂਦਾ ਘਰੋਂ ਇਹਨੂੰ, ਮਤਲਬ 15-20 ਮਿੰਟ ਤਾਂ ਲੱਗ ਜਾਂਦੇ ਨੇ, ਤਾਂ ਇਕੱਲੀ ਆਉਂਦੀ ਸਾਈਕਲ 'ਤੇ। ਇੱਕ ਚੀਜ਼ ਤਾਂ ਮੈਂ ਦੇਖੀ ਆ ਬਾਈ, ਕਿਉਂਕਿ ਇਸ ਚੀਜ਼ ਨਾ ਕੌਨਫੀਡੈਂਸ ਖੁੱਲਦਾ ਬੱਚੇ ਦਾ, ਹੈ ਨਾ, ਜਿਵੇਂ ਹੁਣ ਬੋਲ ਰਹੀ ਸੀ ਮਾਈਕ 'ਤੇ, ਮੈਂ ਅਕਸਰ ਛੋਟੇ ਬੱਚਿਆਂ ਨਾਲ ਗੱਲ ਕੀਤੀ ਹੈ ਨਾ, ਜਦ ਉਹ ਥੋੜ੍ਹਾ ਝਿਜਕਦੇ ਨੇ ਬੋਲਣ ਤੋਂ, ਵੀ ਡਰਦੇ ਨੇ ਸ਼ਾਇਦ ਮੇਰੇ ਤੋਂ ਸਵਾਲ ਕਿਉਂ ਪੁੱਛ ਲਿਆ, ਪਰ ਇਹਨਾਂ ਨੇ ਜਿਸ ਤਰੀਕੇ ਨਾਲ ਦ ਵੇ ਆਫ ਟਾਕਿੰਗ ਜਿਵੇਂ ਇਹ ਗੱਲ ਕਰ ਰਹੇ ਸੀਗੇ, ਉਹਨਾਂ ਦਾ ਕੌਨਫੀਡੈਂਸ ਖੁੱਲਦਾ ਆ। ਤੁਹਾਡੇ ਕੋਲ ਜਿਵੇਂ ਛੋਟੇ ਛੋਟੇ ਬੱਚੇ ਆਉਂਦੇ ਨੇ, ਇਹਨਾਂ ਦੇ ਵਿੱਚੋਂ ਆਉਂਦੇ ਕਿਸ ਕਿਸ ਤਰੀਕੇ ਦੇ ਨਾਲ ਹੋਣਗੇ, ਬਾਅਦ ਦੇ ਵਿੱਚ ਬਣਦੇ ਕੁਛ ਜਾਂਦੇ ਹੋਣਗੇ? ਬਿਲਕੁਲ ਜੀ, ਪਹਿਲਾਂ ਬੱਚਾ ਹੁੰਦਾ ਕਰਾਟੇ ਕਰਨੇ, ਐਕਸ਼ਨ ਜੇ ਮਾਰਾਂਗੇ, ਸਟੰਟਾਂ ਸਿੱਖਣੇ ਆ, ਠੀਕ ਹੈ, ਕੁਛ ਹੁੰਦੇ ਨੇ ਕੁੱਟਣਾ ਸਿੱਖ ਲਾਂਗੇ, ਹਾਂ ਵੀ 4 ਬੰਦੇ ਕੁੱਟਾਂਗੇ ਫੈਂਟਾਂਗੇ, ਪਰ ਜਦੋਂ ਉਰੇ ਆਉਂਦੇ ਨੂੰ ਸਮਝ ਆਉਂਦੀ ਵੀ ਨਹੀਂ ਆਪਾਂ ਸਪੋਰਟਸ ਕਰਨਾ ਹੈ, ਆਪਾਂ ਜਿਹੜੀ ਐਨਰਜੀ ਇੱਧਰ ਉੱਧਰ ਲਾਉਣ ਲਈ ਗਲੀਆਂ 'ਚ ਲਾਉਣ ਲੱਗੇ ਸੀ, ਸਕੂਲ ਵਾਲੇ ਮੁੰਡੇ ਨੂੰ ਕੁੱਟਣਾ, ਵੀ ਉਹਨੂੰ ਆਪਾਂ ਵਧੀਆ ਤਰੀਕੇ ਨਾਲ ਲਾਈਏ,
ਅਸੀਂ ਉਹਦੇ ਇੱਕ ਪੁਆਇੰਟ ਨਾਲ ਲੜਦੇ ਇਹਦੇ ਨਾਲ ਲੜਾਂਗੇ ਉਰੇ ਪੁਆਇੰਟ ਨਾਲ ਲੜਾਂਗੇ ਇਹਦੇ ਸ਼ੋਲਡਰ ਨਾਲ ਲੜਾਂਗੇ ਯਾਨੀ ਕਿ ਤੁਹਾਨੂੰ ਵੀਕ ਪੁਆਇੰਟਸ ਪਤਾ ਨੇ ਆਪਾਂ ਕਹਿ ਸਕਦੇ ਵੀ ਹਿਊਮਨ ਬੋਡੀ ਦੇ ਮਾਰਨਾ ਮੈਨੂੰ ਫੜੂੰਗਾ ਨਹੀਂ ਮੈਂ ਹੱਥ ਮਾਰ ਕੇ ਉਰੇ ਲਿਆਉਂਗਾ ਸਿੱਧਾ ਮੈਂ ਸ਼ੋਲਡਰ ਕੱਢੂੰ ਸਿੱਧਾ ਇਹਦਾ ਅੱਛਾ ਇੱਥੇ ਮਾਰੋਗੇ ਤਾਂ ਸਿੱਧਾ ਸ਼ੋਲਡਰ ਨਿਕਲ ਜੇਗਾ ਆ ਆ ਸਿੱਧਾ ਸ਼ੋਲਡਰ ਦੇਊਗਾ ਅਟੈਕ ਓਕੇ ਇਹ ਸਾਰੀ ਚੀਜ਼ਾਂ ਇਸੇ ਸਪੋਰਟਸ ਦੇ ਵਿੱਚ ਆ ਜਾਂਦੇ ਨੇ ਟੈਕਨੀਕਸ ਬਿਲਕੁਲ ਬਿਲਕੁਲ ਇਹ ਕਰਾਟੇ ਜਿਵੇਂ ਕਾਤਾ ਇਵੈਂਟ ਹੁੰਦਾ ਇੱਕ ਤੇ ਹੁੰਦਾ ਫਾਈਟ ਜਿਹੜੀ ਤੁਸੀਂ ਬੱਚੇ ਦੇਖੋਗੇ ਪਹਿਲਾਂ ਹੁਣ ਹਾਂ ਠੀਕ ਹੈ ਇੱਕ ਹੁੰਦਾ ਕਾਤਾ ਜੀ ਜੇ ਇਕੱਲੇ ਐਕਸ਼ਨ ਕਰਦੇ ਨੇ ਬੱਚੇ ਬੱਚੇ ਜਿਵੇਂ ਆਪਾਂ ਕਹਿੰਦੇ ਨੇ ਤੁਸੀਂ ਦੇਖਣਾ ਉਹ ਫਿਲਮਾਂ 'ਚ ਐਂ ਐਕਸ਼ਨ ਜੇ ਕਰਦੇ ਹੁੰਦੇ ਨੇ ਉਹ ਹੁੰਦਾ ਕਾਤਾ ਇਵੈਂਟ ਅੱਛਾ ਉਹ 'ਚ ਇਹ ਚੀਜ਼ ਕਰੀ ਜਾਂਦੀ ਆ ਵੀ ਆਪਣੇ ਅਟੈਕ ਪਾਵਰਫੁਲ ਕੀਤੇ ਜਾਂਦੇ ਨੇ ਹੁਣ ਜੇ ਮੰਨ ਲਓ ਮੈਂ ਹੱਥ ਮਾਰਾ ਕੰਧ ਤੇ ਮਾਰ ਤੁਹਾਨੂੰ ਅਰੇ ਪਤਾ ਲੱਗੂ ਪਾਵਰ ਕਿੰਨੀ ਆ ਇਹਦੇ ਮੈਂ ਨਹੀਂ ਮਾਰ ਸਕਦਾ ਮੈਂ ਤੁਹਾਨੂੰ ਸੇਮ ਕੰਧ 'ਤੇ ਮਾਰ ਕੇ ਦਿਖਾ ਦਿੰਦਾ ਜਾਂ ਪਾਹ ਮਾਰ ਲੱਗੇ ਤੂੰ ਇਹ ਚੀਜ਼ ਹੁੰਦੀ ਪਾਵਰ ਇਹ ਆਪਾਂ ਬੰਦੇ 'ਤੇ ਲਾਉਣੀ ਆ ਅੱਛਾ ਜਿਵੇਂ ਹੁਣ ਤੁਸੀਂ ਮਾਰਿਆ ਇਸ ਦੇ ਵਿੱਚ ਤਾਂ ਫਿਰ ਮਸਲ ਪੇਨ ਨਹੀਂ ਕਰਦੇ ਹੋਣਗੇ ਕੋਈ ਪ੍ਰੈਕਟਿਸ ਇੰਨੀ ਆਪਾਂ ਕਰ ਲੈਂਦੇ ਬਾਰ ਬਾਰ ਜਦੋਂ ਪਾਹ ਕਰਾਂਗੇ ਆ ਕਰਾਂਗੇ ਸਾਡੇ ਮਸਲ ਉਵੇਂ ਹੋ ਜਾਂਦੇ ਨੇ ਪੱਕੇ ਜਾਂਦੇ ਨੇ ਕਿਉਂਕਿ ਇਹ ਚੀਜ਼ ਮੇਰਾ ਇੱਟਾ ਚੱਕ ਪੱਠੇ 'ਤੇ ਲੱਗਿਆ ਬੰਦਾ ਉਹ ਇੱਟਾ ਚੱਕ ਲੈਂਦਾ ਉਹ ਪੱਕ ਹੀ ਲੱਗਦਾ ਹੁਣ ਆਪਾਂ ਚੱਕ ਲਾਂਗੇ ਨਹੀਂ ਆਪਾਂ ਅੱਗੇ ਹੱਥ ਵੜਾਂਗੇ ਇਹ ਇੱਟਾਂ ਵਾਲੀ ਗੱਲ ਮੈਂ ਜਿਵੇਂ ਕਿ ਆਪਾਂ ਦੇਖਿਆ ਵੀ ਅਕਸਰ ਕੰਪੀਟੀਸ਼ਨਾਂ ਦੇ ਵਿੱਚ ਵੀ ਉਹ ਇੱਦਾਂ ਹੁੰਦਾ ਵਿੱਚ ਉਹ ਕਹਿੰਦੇ ਵੀ ਉਹ ਰੱਖ ਦਿੰਦੇ ਨੇ ਇੱਟਾਂ ਚਿਣ ਦਿੰਦੇ ਨੇ ਉਹ 7-8 ਪਈਆਂ ਹੁੰਦੀਆਂ ਨੇ ਉਹ ਇੱਕ ਮੁੱਕੀ ਮਾਰ ਕੇ ਸਾਰੀਆਂ ਤੋੜ ਦਿੰਦਾ ਵੀ ਇਹ ਪੋਸੀਬਲ ਹੈ ਉਹਦਾ ਅਸਲ ਬਿਲਕੁਲ ਪੋਸੀਬਲ ਹੈ ਕਿ ਕਹਿੰਦਾ ਟੈਕਨੀਕ ਹੁੰਦੀ ਜੇ ਤੁਸੀਂ ਮਾਰੋਗੇ ਮਤਲਬ ਨਵਾਂ ਬੰਦਾ ਕੋਈ ਮਾਰਦਾ ਤਾਂ ਉਹ ਸਿੱਧਾ ਵਿੱਚ ਹੀ ਹੱਥ ਕੱਢ ਦੂਗਾ ਤਾਂ ਉਹਨੇ ਕੀ ਕਹਿਣਾ ਟੈਲ ਲੈਣੇ ਆਪੇ ਉਹਦਾ ਹੱਥ ਵੜ ਦੇਣਾ ਠੀਕ ਹੈ ਪਰ ਅਸਲ ਸਾਨੂੰ ਟੈਕਨੀਕ ਦੱਸੀ ਹੁੰਦੀ ਵੀ ਉਰੋਂ ਮਾਰ ਕੇ ਜਿੱਥੇ ਐਂਡਾ ਹੀ ਟੈਲ ਉਹ ਤੋਂ ਹੱਥ ਉੱਪਰ ਖਿੱਚਣਾ ਅੱਛਾ ਹਾਂਜੀ ਯਾਨੀ ਕਿ ਇੱਕ ਤੇ ਮਸ ਜ਼ੋਰ ਲਾਉਣਾ ਬਾਕੀ ਆਪੇ ਬਾਕੀ ਆਪਣੇ ਆਪ ਜਾਣਗੇ ਤੇ ਉਹ ਪਾਵਰ ਹੁੰਦਾ ਵੀ ਲਾਣਾ ਸੈਂਟਰ ਫੋਕਸ ਲਾਣਾ ਹੱਥ ਦਾ ਕੀ ਲਾਉਣਾ ਤੁਸੀਂ ਆਹ ਗਲਤ ਲਾਤਾ ਚੀਚੀ ਗਈ ਮੁੜ ਕੇ ਸੈੱਟ ਹੁੰਦੀ ਆਹ ਲਾਤਾ ਤਾਂ ਵੱਢਿਆ ਇੱਕ ਵਾਰ ਫਿਰ ਖੂਨੇ ਹੋਣਾ ਰਹਿਣਾ ਬਿਲਕੁਲ ਆਹ ਪੋਰਸ਼ਨ ਨਾਲ ਲਾਣੇ ਦੇ ਲਾਣ ਦੀ ਟੈਕਨੀਕ ਬਸ ਇਹ ਪ੍ਰੈਕਟਿਸ ਤੇ ਡਿਪੈਂਡ ਕਰਦਾ ਹੋਰ ਕੁਛ ਵੀ ਨਹੀਂ ਹੈਗਾ ਦੇ ਵਿੱਚ ਇੱਕ ਵੈਸੇ ਦੇਖਿਆ ਜਾਵੇ ਤਾਂ ਕਿੰਨੇ ਘੱਟ ਤੋਂ ਘੱਟ ਕਿੰਨੇ ਟਾਈਮ ਦੇ ਵਿੱਚ ਜਿਹੜਾ ਆ ਇੱਕ ਬੱਚਾ ਜੇ ਤੁਹਾਡੇ ਕੋਲ ਆਉਂਦਾ ਹੈ ਕਿੰਨੇ ਟਾਈਮ ਦੇ ਵਿੱਚ ਟ੍ਰੇਨ ਹੋ ਸਕਦਾ ਪੂਰਾ ਆਪਾਂ ਦੇਖਿਆ ਮਿਨੀਮਮ ਟਾਈਮ ਕਿੰਨਾ ਮਿਨੀਮਮ ਟਾਈਮ ਕੀ ਵੀ 3 ਮਹੀਨੇ 'ਚ ਅਸੀਂ ਬੱਚੇ ਨੂੰ ਦੇਖ ਲੈਂਦੇ ਵੀ ਤਾਂ ਬੇਸਿਕ ਕਲੀਅਰ ਕਰਾ ਦਿੰਦੇ ਆ ਤਿੰਨ ਮੰਥ 'ਚ ਇਹਨੂੰ ਇੱਕ ਕੰਪੀਟੀਸ਼ਨ ਖੇਡਣ ਦੇ ਲੈਵਲ ਦਾ ਕਰ ਦਿੰਦੇ ਆ ਉਹ ਤੋਂ ਬੱਚੇ ਦੀ ਅੱਗੇ ਹੁੰਦਾ ਵੀ ਜਨੂਨ ਜਿੰਨਾ ਵਧੂਗਾ ਜਿੰਨਾ ਛੇਤੀ ਉਹ ਕਰੂ ਅੰਦਰ ਗਰੋਸ ਪਾਵਰ ਉਹਨਾਂ ਛੇਤੀ ਮੈਚ ਕੱਢੂ ਉਹ ਮੈਂ ਕਹਿੰਦਾ ਹੁਣ ਤੁਸੀਂ ਜਿਹੜੇ ਸਾਰੇ ਬੈਠੇ ਨੇ ਉਹਨੂੰ ਬਿਠਾ ਕੇ ਜਿਹੜੇ ਤੁਸੀਂ ਪਹਿਲਾਂ ਟ੍ਰੇਨਿੰਗ ਕਰਾ ਰਹੇ ਸੀ ਆਪਾਂ ਦਰਸ਼ਕਾਂ ਨੂੰ ਉਹ ਵੀ ਦਿਖਾ ਦਈਏ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਉਹ ਉੱਪਰ ਕਿਕਸ ਵਾਲੀਆਂ ਹਾਂ ਉਹ ਆਪਾਂ ਦਿਖਾ ਦਈਏ ਬਿਲਕੁਲ ਬਿਲਕੁਲ ਓਕੇ ਬੇਟਾ ਹਾਈ ਕਿਕ ਲਈ ਰੈਡੀ ਹੋ ਕਿਉਂਕਿ ਇਹ ਚੀਜ਼ਾਂ ਮੈਂ ਦਰਸ਼ਕੋ ਚਲੋ ਨਾਲ ਨਾਲ ਚੱਲ ਰਿਹਾ ਕੰਮ ਮੈਂ ਤੁਹਾਨੂੰ ਇਹ ਦੱਸ ਇਸ ਕਰਕੇ ਰਿਹਾ ਕਿਉਂਕਿ ਇਹ ਚੀਜ਼ ਬੜੀ ਜ਼ਰੂਰੀ ਸੀਗੀ ਟੌਪਿਕ ਬੜਾ ਜ਼ਰੂਰੀ ਸੀਗਾ ਕਹਿ ਰਹੇ ਸੀਗੇ ਸਮਾਜ ਦੇ ਵਿੱਚ ਧੀ ਧਿਆਣੀ ਨੂੰ ਇਕੱਲੇ ਬਾਹਰ ਨਹੀਂ ਜਾਣਾ ਵੀ ਇਹ ਇੱਦਾਂ ਦੀਆਂ ਗੱਲਾਂ ਬੜੀਆਂ ਸੁਣਨ 'ਚ ਆਉਂਦੀਆਂ ਹੁੰਦੀਆਂ ਸੀਗੀਆਂ ਪਰ ਬਾਈ ਨੇ ਜਿਹੜੀ ਚੀਜ਼ ਸ਼ੁਰੂ ਕੀਤੀ ਹੈ ਮੈਨੂੰ ਲੱਗਦਾ ਕਾਬਿਲ ਤਾਰੀਫ ਹੈ ਅਤੇ ਇਹ ਚੀਜ਼ ਤੋਂ ਫਰਕ ਇੰਨਾ ਕੁ ਪੈ ਗਿਆ ਹੁਣ ਤੁਸੀਂ ਵੇਖਿਓ ਜਿਵੇਂ ਹੁਣ ਆਹ ਬਾਈ ਹੁਣ ਇਹ ਕੀ ਕਰ ਰਹੇ ਨੇ ਇਹ ਇਹਨਾਂ ਨੂੰ ਟਾਰਗੇਟ ਦੇ ਰਹੇ ਨੇ ਹਾਈ ਲੈਵਲ 'ਤੇ ਮਤਲਬ ਜਿਵੇਂ ਸਿਹਰਾ ਕਿਸੇ ਦਾ ਇਹ ਅਸਲ ਸਿਹਰਾ ਸਿਰ ਨੂੰ ਇਹ ਕਰਦਾ ਪਿਆ ਵੀ ਇਹ ਵੀ ਜੇ ਬੱਚਾ ਵੱਡਾ ਹੈ ਉੱਚਾ ਉਹ ਲੈਵਲ 'ਤੇ ਇਹਨਾਂ ਨੇ ਕਰੀ ਜਾਣੀ ਆ ਹੁਣ ਜੇ ਮੰਨ ਲਓ ਕਈ ਵਾਰ ਹੁੰਦੇ ਆਪਣੀ ਲੱਤ ਉਰੇ ਤੱਕ ਜਾ ਸਕਦੀ ਆ ਤਾਂ ਹਨਾ ਤਾਂ ਜੇ ਆਪਣੀ ਲੱਤ ਉਰੇ ਤੱਕ ਜਾ ਸਕਦੀ ਆ ਉਹ ਤੋਂ ਬਾਅਦ ਆਪਣੇ ਹੋਰ ਉੱਪਰ ਕਰਨੀ ਆ ਤਾਂ ਆਪਣੇ ਉਹਨੂੰ ਹਾਈਟ ਅਤੇ ਚੇਅਰ ਨਾਲ ਵੀ ਉਹਨੂੰ ਉੱਪਰ ਉੱਪਰ ਕਿਵੇਂ ਕਰਨਾ ਜੰਪ ਲੈ ਕੇ ਇੱਕ ਜੰਪ ਪਾਉਂਦੇ ਹਾਂ ਅਤੇ ਇੱਕ ਕੀ ਹੁੰਦਾ ਨਾ ਘੁੰਮ ਕੇ ਇੱਕ ਮੰਨਗੇ ਮਤਲਬ ਆਪਣੀ ਲੱਤ ਉਰੋਂ ਆਪਾਂ ਮਾਰਦੇ ਪਏ ਹਾਂ ਤਾਂ ਫੋਰਸ ਇੰਨਾ ਹੀ ਆਉਣਾ ਜਿੰਨਾ ਉਰੋਂ ਲੱਗਣਾ ਹੁਣ ਘੁੰਮ ਕੇ ਮਾਰਗੇ ਪੂਰਾ ਫੋਰਸ ਇਕੱਠਾ ਕਰਕੇ ਮੰਨਗੇ ਉਹਨੇ ਜਦੋਂ ਟਾਰਗੇਟ ਤੇ ਲੱਗਦਾ ਉਹਨੂੰ ਕੀ ਕਹਿੰਦੇ ਨੇ ਉਹਨੂੰ ਕਿੱਕ ਦਾ ਨਾਮ ਹੁੰਦਾ ਜੀ ਮੰਨ ਲਓ ਕਿੱਕ ਸਿੰਪਲ ਮਾਰੀ ਤਾਂ ਕਿੱਕ ਹੋਊਗੀ 180 ਜਦੋਂ ਆਪਾਂ ਸਿੱਧੀ ਘੁੰਮ ਕੇ ਉਰੋਂ ਪਿੱਛੋਂ ਮਾਰੀ 180 ਡਿਗਰੀ ਦੇ ਮਾਰੀ ਜਦੋਂ ਪੂਰੀ ਘੁੰਮ ਕੇ ਪੈਰ ਘੁੰਮ ਕੇ ਇੱਧਰ ਆ ਗਿਆ ਉਹ 360 ਓਕੇ ਤੇ ਇਹ ਤੋਂ ਅੱਗੇ ਮਤਲਬ 540 ਅੱਗੇ ਲੈਵਲ ਵਧੀ ਜਾਂਦਾ ਕਿੱਕ ਦੇ ਜਿੰਨਾ ਇੰਨਾ ਤੁਸੀਂ ਘੁੰਮ ਕੇ ਮਾਰਦੇ ਨੂੰ ਅੱਛਾ ਚਲੋ ਆਪਾਂ ਫਿਰ ਦਿਖਾਈਏ ਨਾਲ ਨਾਲ ਇਹ 180 ਹਾਂਜੀ ਅੱਛਾ ਇਹ 180 ਬੇਸਿਕ ਸੀ ਮਤਲਬ ਪਹਿਲਾਂ ਉਹਨੇ ਕਿੱਕ ਦੂਈ ਮਾਰ ਕੇ ਦੂਈ ਮਾਰੀ ਦੂਈ ਮਾਰੀ ਓਕੇ ਇਹਦਾ ਇੱਕ ਮਤਲਬ ਕੀ ਹੈ ਵੀ ਮੰਨ ਲਓ ਕਿਸੇ ਮੰਨ ਲਓ ਇੱਕ ਬੰਦੇ ਦੇ ਕਿੱਕ ਮਾਰੀ ਮੈਂ ਇਹਦੇ ਲੱਤ ਮਾਰਨ ਲੱਗਾ ਇਹ ਪਿੱਛੇ ਹੋ ਗਿਆ ਹੁਣ ਵੀ ਬੈਠੋ ਪਿਛਲੀ ਦੂਸਰੀ ਮਾਰ ਤਾਂ ਪਿੱਛੇ ਮਾਰ ਓਕੇ 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 ਯਾਨੀ ਕਿ ਇਹ ਇਹਨੂੰ 180 ਬੇਸਿਕ ਕਹਿੰਦੇ ਨੇ ਹਾਂਜੀ ਬੇਸਿਕ 180 ਕਿੱਕ ਅੱਛਾ ਇੱਕ ਜਿਹੜੀ 360 ਸੀ 360 ਡਿਗਰੀ ਪ੍ਰੇਮ 360 ਅਰੇ ਕੀ ਬਾਤ ਤੇ ਪਾਵਰ ਦੇ ਕੋ ਦੇਖੋ ਅਰੇ ਉਹ ਸਿਰਫ ਦੇ ਆ ਹਾਈਟ ਠੀਕ ਹੈ ਉੱਚੇ ਉਹਨਾਂ ਤੋਂ ਇਹ ਆਪਣੇ ਤਾਂ ਨਹੀਂ ਉੱਤੇ ਮਾਰੂ ਉਰੀ ਮਾਰੀ ਹੁਣ ਚੱਲ ਔਰ ਚੱਲ ਚੱਲ ਦੁਬਾਰਾ ਦੁਬਾਰਾ ਵੈਰੀ ਗੁੱਡ ਵੈਰੀ ਗੁੱਡ ਅੱਛਾ ਮਤਲਬ ਕਿ ਇਹ ਚੀਜ਼ ਵੀ ਟ੍ਰੇਨ ਕੀਤੀ ਜਾਂਦੀ ਹੈ ਵੀ ਹਾਈਟ ਤੋਂ ਉੱਪਰ ਇੱਕ ਜਿਹੜੀ ਇੱਕ ਕਿੱਕ ਜਿਹੜੀ ਸੀਗੀ ਅੱਪ ਤੋਂ ਇਹ ਤਾਂ ਵੀ ਇਹ ਹਾਈ ਸੀ ਇਹ ਤਾਂ ਕਾਹ ਵਾਲੀ ਹਾਈ ਠੀਕ ਆ ਜੰਪ ਵਾਲੀ ਜਿੰਨੀ ਹਾਈਟ ਵਧੀ ਉਹਨੂੰ ਨਵੀਂ ਨਵੀਂ ਟੈਕਨੀਕ ਨਾਲ ਕਰਨ ਦੀ ਕੋਸ਼ਿਸ਼ ਕਰਦਾ ਵੀ ਕਿਵੇਂ ਤਰੀਕੇ ਨਾਲ ਹੁਣ ਜੰਪ ਮਾਰੋ ਕਿੱਕ ਅਰੇ ਕੀ ਬਾਤ ਹੈ ਇਹ ਖੜ ਕੇ ਜੰਪ ਮਾਰਤਾ ਇਹਨਾਂ ਤਾਂ ਹਾਂਜੀ ਤੇ ਹੁਣ ਜਿਵੇਂ ਕਹਿੰਦੇ ਆ ਪੰਜਾਬ ਪੁਲਿਸ ਦੀ ਭਰਤੀ ਜੰਪ ਕੱਢਣੇ ਨੇ ਫਿਰ ਇਹਨਾਂ ਨੂੰ ਦੋ ਦਿੱਕਤ ਪਊਗੀ ਕੋਈ ਅਰੇ ਕੀ ਬਾਤ ਹੈ ਇਹ ਤਾਂ ਬਹੁਤ
ਵੀ ਚਾਰ ਤੋਂ ਤੁਸੀਂ ਦੇਖੋ ਦਰਸ਼ਕੋ ਕਿੱਡਾ ਫਾਸਲਾ ਹੈ ਅਤੇ ਇਹ ਬੰਦ ਮੁੰਡੇ ਨੇ ਯਾਰ ਖੜ੍ਹੇ ਖੜ੍ਹੇ ਨੇ ਜੰਪ ਮਾਰ ਕੇ ਜਿਹੜੀ ਆ ਇੱਥੇ ਤੱਕ ਲੱਕ ਲੱਤ ਲਾਤੀ ਭਾਈ ਕਿਤੇ ਨਾ ਕਿਤੇ ਤਾਂ ਯਾਰ ਮਾਣ ਤਾਂ ਹੁੰਦਾ ਹੋਊਗਾ ਹੁਣ ਘਰ ਦੇ ਹੁਣ ਫਿਰ ਪ੍ਰੋਪਰ ਸਪੋਰਟ ਕਰਦੇ ਨੇ ਵੀ ਹੁਣ ਤਾਂ ਚਲੋ ਸਾਡਾ ਮੁੰਡਾ ਅਕੈਡਮੀ ਵੀ ਖੋਲ੍ਹੀ ਫਿਰਦਾ ਵੀ ਹੁਣ ਤਾਂ ਆਪਣਾ ਸੋਰਸ ਵੀ ਖੜ੍ਹਾ ਕਰ ਲਿਆ ਮਾਣ ਹੁੰਦਾ ਹੁਣ ਮਾਣ ਹੁੰਦਾ ਵੀ ਪਹਿਲਾਂ ਥੋੜ੍ਹਾ ਕਰਦੇ ਨੇ ਹੁਣ ਘਰਦੇ ਕਹਿੰਦੇ ਵੀ ਵਧੀਆ ਕਰਦਾ ਕੰਮ ਕਿਉਂਕਿ ਪੂਰੀ ਸਪੋਰਟ ਕਰਦੇ ਨੇ ਹੁਣ ਜਿਵੇਂ ਮੰਨ ਲਓ ਸਾਹਿਬ ਮੇਰੇ ਜੋ ਮੈਟ ਨੇ ਆਹ ਤਾਂ ਇੱਕ ਆਹ ਮੈਟ ਪਏ ਨੇ ਤਾਂ ਇਹਦੇ ਮੈਟ ਸਭ ਤੋਂ ਮਹਿੰਗੀ ਚੀਜ਼ ਹੁੰਦੀ ਆ ਤਾਂ ਪਹਿਲਾਂ ਮੈਂ ਮਤਲਬ ਮਿਹਨਤ ਮੁਹਨਤਾਂ ਕਿਤੇ ਇੱਧਰ ਉੱਧਰ ਆਪਾਂ ਕਹਿੰਦੇ ਕਿਸੇ ਮੰਤਰੀ ਨੂੰ ਕਹਿੰਦੇ ਕਿਸੇ ਉਹਨੂੰ ਕਹਿੰਦੇ ਆ ਤਾਂ ਫੋਟੋ ਫੋਟੋ ਸਾਰੇ ਖਿਚਾ ਲੈਂਦੇ ਨੇ ਮੇਰੇ ਨਾਲ ਬਹੁਤ ਫੋਟੋ ਨੇ ਮੈਂ ਤੁਹਾਨੂੰ ਜੇ ਸਾਹਮਣੇ ਮੇਰੀ ਘਰ ਫਾਈਲ ਬਣੀ ਪਈ ਆ ਅੱਛਾ ਕਿਹੜਾ ਮੰਤਰੀ ਨਹੀਂ ਜਿਹਦੇ ਨਾਲ ਮੇਰੀ ਫੋਟੋ ਨਹੀਂ ਕਿਹੜਾ ਐਸ ਐਸ ਪੀ ਡੀ ਨਹੀਂ ਡੀ ਐਸ ਪੀ ਨਹੀਂ ਕਿਹਦੇ ਨਾਲ ਮੇਰੀ ਫੋਟੋ ਨਹੀਂ ਹੈਗੀ ਸਾਰੇ ਖਿਚਾ ਲੈਂਦੇ ਨੇ ਮਤਲਬ ਉਹ ਕਹਿੰਦੇ ਨੇ ਹਾਂ ਅਸੀਂ ਇਹਨੂੰ ਕਰਾਂਗੇ ਸਨਮਾਨਿਤ ਕਰਾਂਗੇ ਉਹ ਸਨਮਾਨਿਤ ਕਹਿੰਦਾ ਮੇਰੀ ਟਰੋਫੀ ਮੈਨੂੰ ਫੜਾ ਕੇ ਫੋਟੋ ਖਿਚਾ ਕੇ ਭੇਜ ਦਿੰਦੇ ਨੇ ਕਰਦੇ ਕੁਝ ਕਰਦੇ ਤਾਂ ਬਸ ਫਿਰ ਕੁਛ ਨਹੀਂ ਅਤੇ ਫਿਰ ਅਸੀਂ ਉਹ ਇਕੱਠੇ ਕਰਕੇ ਹੁਣ ਉਹ ਤੋਂ ਬਾਅਦ ਮੈਂ ਕੀਤਾ ਸੀ ਇੱਕ ਮੇਰੇ ਨਾਲ ਉਹ ਗਰਲ ਨੇ ਠੀਕ ਹੈ ਜੋਤੀ ਕੁਮਾਰੀ ਤਾਂ ਪਹਿਲਾਂ ਮੈਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਕਿਉਂਕਿ ਮੈਨੂੰ ਦਿੱਕਤ ਕੀ ਆ ਕਿ ਸੀ ਮੈਂ ਹੈਗਾ ਜਵਾਨ ਕੁੜੀਆਂ ਮੇਰੇ ਕੋਲ ਉਹ ਭੇਜਣਾ ਦਿੱਕਤ ਆ ਜਾਂਦੀ ਪਹਿਲਾਂ ਵੀ ਲੋਕਾਂ ਦਾ ਭਰੋਸਾ ਦੇਣਾ ਬਹੁਤ ਔਖਾ ਸੀਗਾ ਤਾਂ ਫਿਰ ਮੈਂ ਉਹਨੂੰ ਟ੍ਰੇਨ ਕੀਤਾ ਪਹਿਲਾਂ ਵੀ ਉਹਨੂੰ ਉਹਦੇ ਪਹਿਲਾਂ ਘਰਦੇ ਨੂੰ ਭਰੋਸਾ ਦਿੱਤਾ ਫਿਰ ਉਹਨੂੰ ਟ੍ਰੇਨਿੰਗ ਕੀਤਾ ਤਾਂ ਫਿਰ ਉਹਦੇ ਨਾਲ ਲੱਗ ਕੇ ਅਸੀਂ ਬੱਚੇ ਆ ਉਹਦੇ ਨਾਲ ਆ ਕੇ ਕੁੜੀਆਂ ਆਈਆਂ ਹੋਰ ਸਾਡੇ ਬੱਚੇ ਕਾਫੀ ਆਏ ਠੀਕ ਹੈ ਤਾਂ ਉਹਨੂੰ ਵੀ ਨਾਲੇ ਹੁਣ ਉਹਦੇ ਘਰ ਦਾ ਮੌਕਾ ਦਿੱਤਾ ਵੀ ਉਹ ਵੀ ਆਉਣਾ ਰੋਟੀ ਪਾਣੀ ਚਲਾ ਸਕੇ ਹੁਣ ਆਹ ਬੱਚੇ ਨੇ ਇਹਨਾਂ ਨੂੰ ਟ੍ਰੇਨਿੰਗ ਦੇ ਦਿੰਦੇ ਵੀ ਇਹ ਬੱਚੇ ਰੋਟੀ ਪਾਣੀ ਚਲਾ ਸਕਣ ਮੈਂ ਆਪਣਾ ਨਹੀਂ ਚਲਾ ਰਿਹਾ ਨਾਲ ਤਿੰਨ ਚਾਰ ਹੋਰ ਚਲਾ ਰਿਹਾ ਬਹੁਤ ਵੱਡੀ ਗੱਲ ਹੈ ਬਾਈ ਅੱਛਾ ਤੁਸੀਂ ਆਪਣਾ ਨਾ ਸੰਪਰਕ ਨੰਬਰ ਜ਼ਰੂਰ ਦੱਸੋ ਕਿਉਂਕਿ ਦਰਸ਼ਕ ਵੀ ਦੇਖ ਰਹੇ ਹੋਣਗੇ ਚਾਹੁੰਦੇ ਹੋਣਗੇ ਵੀ ਤੁਹਾਡੇ ਨਾਲ ਗੱਲਬਾਤ ਹੀ ਕਰ ਲਈਏ ਜਾਂ ਕਈ ਪੇਰੈਂਟਸ ਦੇਖ ਰਹੇ ਹੋਣ ਚਾਹੁੰਦੇ ਹੋਣਗੇ ਵੀ ਚੱਲ ਭਾਈ ਨਵਪ੍ਰੀਤ ਕੋਲ ਹੀ ਭੇਜਦੇ ਹਾਂ ਸੈਂਸਾਈ ਨਵਪ੍ਰੀਤ ਕੋਲ ਭੇਜਦੇ ਹਾਂ ਅੱਛਾ ਜਿਵੇਂ ਹੁਣ ਬਾਈ ਜਿਵੇਂ ਤੁਸੀਂ ਸਾਰੇ ਬੰਦੇ ਨੂੰ ਟ੍ਰੇਨ ਕਰਤਾ ਜਿਵੇਂ ਹੁਣ ਤੁਸੀਂ ਆਹ ਹੋ ਗਿਆ ਚਲੋ ਹੁਣ ਆਪਣਾ ਸੰਪਰਕ ਨੰਬਰ ਵੀ ਦੱਸ ਦਿਓ ਕਿਉਂਕਿ ਕਾਫੀ ਲੋਕ ਜਿਹੜੇ ਦੇਖ ਰਹੇ ਹੋਣਗੇ ਹੁਣ ਕੰਟੈਕਟ ਕਰਨਾ ਚਾਹੁੰਦੇ ਹੋਣਗੇ ਕੋਈ ਸੰਪਰਕ ਨੰਬਰ ਤੇ ਐਡਰੈਸ ਜ਼ਰੂਰ ਦੱਸਿਓ ਠੀਕ ਹੈ ਮੇਰਾ ਨੰਬਰ ਹੈਗਾ 9256969609 ਵੈਸੇ ਬੋਰਡ ਤੇ ਵੀ ਲੱਗਿਆ ਹੋਇਆ ਸਰ ਤੁਸੀਂ ਉਹਦੀ ਝਲਕ ਦੇ ਦਿਓ ਬਾਅਦ ਚ ਇੱਕ ਵਾਰ ਰਿਪੀਟ ਕਰ 9256969609 ਬਹੁਤ ਬਹੁਤ ਧੰਨਵਾਦ ਨਵਪ੍ਰੀਤ ਬਾਈ ਚੰਗਾ ਲੱਗਾ ਮਿਲ ਕੇ ਕਿਉਂਕਿ ਤੁਸੀਂ ਕੈਸਾ ਉਪਰਾਲਾ ਸ਼ੁਰੂ ਕੀਤਾ ਵੀ ਇਹ ਚੀਜ਼ ਕਿਤੇ ਨਾ ਕਿਤੇ ਬੰਦੇ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਵੀ ਬਹੁਤ ਫਰਕ ਪਾਊਗੀ ਬਹੁਤ ਧੰਨਵਾਦ ਤੁਸੀਂ ਵੇਖਿਆ ਦੋਸਤੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਪਿੱਛੇ ਸੀ ਕਿਉਂਕਿ ਹੁਣ ਮੀਂਹ ਦਾ ਮੌਸਮ ਹੈ ਬਾਹਰ ਮੀਂਹ ਵੀ ਪੈ ਰਿਹਾ ਆ ਲਾਈਟ ਵੀ ਭੱਜ ਚੁੱਕੀ ਸੀਗੀ ਤੁਸੀਂ ਵੇਖਿਆ ਕਿਸ ਤਰੀਕੇ ਦੇ ਨਾਲ ਜਿਹੜੇ ਬੱਚੇ ਸੀ ਛੋਟੇ ਛੋਟੇ ਬੱਚੇ ਸੀਗੇ ਕੁੜੀਆਂ ਸੀਗੀਆਂ ਟ੍ਰੇਨ ਕਰਦੇ ਨੇ ਇਹ ਬਾਈ ਨਵਪ੍ਰੀਤ ਪਿਛਲੇ ਬਹੁਤ ਲੰਬੇ ਸਾਲ ਤੋਂ ਲੰਬੇ ਟਾਈਮ ਤੋਂ ਜਿਹੜਾ ਟ੍ਰੇਨ ਕਰ ਰਹੇ ਨੇ 2008 ਦੇ ਵਿੱਚ ਸ਼ੁਰੂ ਕੀਤਾ ਸੀ ਤਕਰੀਬਨ 13-14 ਸਾਲ ਦਾ ਸਫ਼ਰ ਲੰਘ ਚੁੱਕਾ ਆ ਅਤੇ ਹੁਣ ਖੁਦ ਜਿਹੜੇ ਨੇ ਬਲੈਕ ਥਰਡ ਸਟੇਜ ਦੀ ਜਿਹੜੀ ਆ ਬੈਲਟ ਹੁੰਦੀ ਹੈ ਬੈਲਟਾਂ ਦੇ ਵਿੱਚ ਵੀ ਮੈਨੂੰ ਅੱਜ ਪਤਾ ਲੱਗਿਆ ਕਿ ਬੈਲਟਾਂ ਦੇ ਵਿੱਚ ਵੀ ਜਿਹੜੇ ਆ ਅਸਲ ਦਰਵਾਜ਼ਾ ਤਾਂ ਕਹਿੰਦੇ ਬਲੈਕ ਬੈਲਟ ਤੋਂ ਸ਼ੁਰੂ ਹੁੰਦਾ ਆ ਉਸ ਤੋਂ ਪਹਿਲਾਂ ਤਾਂ ਬੰਦਾ ਗਲੀ ਗੁਲੀ 'ਚ ਹੀ ਫਿਰਦਾ ਹੁੰਦਾ ਆ ਪਹਿਲਾ ਦਰਵਾਜ਼ਾ ਜਿਹੜਾ ਪਹਿਲਾ ਹੁੰਦਾ ਆ ਉਹ ਬਲੈਕ ਬੈਲਟ ਹੁੰਦੀ ਆ ਬੜੀ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਵੀ ਚੀਜ਼ ਚੰਗੀ ਲੱਗੀ ਹੋਊਗੀ ਕਿਉਂਕਿ ਇਹ ਉਹ ਚੀਜ਼ ਸੀ ਜਿਹੜੀ ਅੱਜ ਕੱਲ੍ਹ ਸਾਡੇ ਸਮਾਜ ਦੇ ਵਿੱਚ ਬੜੀ ਆਮ ਹੈ ਆਮ ਇਸ ਕਰਕੇ ਹੈ ਕਿਉਂਕਿ ਆਮ ਤੌਰ 'ਤੇ ਕੁੜੀ ਨੂੰ ਇਕੱਲੇ ਬਾਹਰ ਨਹੀਂ ਭੇਜਦੇ ਕਹਿ ਦਿੰਦੇ ਨੇ ਇਹ ਵੀ ਸਮਾਂ ਠੀਕ ਨਹੀਂ ਰਾਤ ਦਾ ਟਾਈਮ ਹੈ ਤਾਂ ਬਾਹਰ ਨਹੀਂ ਜਾਣਾ ਪਰ ਮੈਨੂੰ ਲੱਗਦਾ ਵੀ ਜਿਸ ਤਰੀਕੇ ਦੇ ਨਾਲ ਬਾਈ ਨੇ ਟ੍ਰੇਨ ਕੀਤੇ ਆਪਣੇ ਸਟੂਡੈਂਟਸ ਮੈਨੂੰ ਲੱਗਦਾ ਕਿ ਇਹ ਚੀਜ਼ ਕਿਤੇ ਨਾ ਕਿਤੇ ਬੜੀ ਜ਼ਿਆਦਾ ਹੈਲਪਫੁਲ ਹੋਊਗੀ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੇਗੀ ਤੁਹਾਡੀ ਟੀ ਵੀ ਸਕਰੀਨ 'ਤੇ ਨੰਬਰ ਫਲੈਸ਼ ਹੋ ਰਿਹਾ ਹੋਊਗਾ ਬਾਈ ਦਾ ਤੁਸੀਂ ਆਪਣੇ ਬੱਚਿਆਂ ਨੂੰ ਤੁਸੀਂ ਆਪਣੇ ਛੋਟੇ ਜਿਹੜੇ ਜੇ ਤੁਹਾਡੇ ਗੁਆਂਢੀ ਨੇ ਕੋਈ ਭਤੀਜਾ ਭਾਣ ਜੀ ਕਿਸੇ ਨੂੰ ਪੋਤਾ ਪੋਤੀ ਜੇ ਦਾਦੇ ਦਾਦਾ ਜੀ ਦੀ ਉਮਰ ਦੇ ਬੰਦੇ ਦੇਖ ਰਹੇ ਨੇ ਪੋਤਾ ਪੋਤੀ ਨੂੰ ਤੁਸੀਂ ਪਾਉਣਾ ਚਾਹੁੰਦੇ ਇਸ ਫੀਲਡ ਦੇ ਵਿੱਚ ਬਾਈ ਨਾਲ ਸੰਪਰਕ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਪਰਸਨਲ ਟ੍ਰੇਨਿੰਗ ਹੋਮ ਟ੍ਰੇਨਿੰਗ ਵੀ ਦਿੰਦੇ ਨੇ ਤੁਸੀਂ ਬੱਚੇ ਨੂੰ ਬਾਹਰ ਨਹੀਂ ਭੇਜ ਸਕਦੇ ਤਾਂ ਤੁਸੀਂ ਇਹਨਾਂ ਨੂੰ ਘਰੇ ਬੁਲਾ ਕੇ ਵੀ ਟ੍ਰੇਨ ਕਰਵਾ ਸਕਦੇ ਹੋ ਬੜੀ ਚੰਗੀ ਚੀਜ਼ ਹੈ ਉਮੀਦ ਕਰਦਾ ਦਰਸ਼ਕਾਂ ਨੂੰ ਵੀ ਚੀਜ਼ ਚੰਗੀ ਲੱਗੀ ਹੋਊਗੀ ਹੋਰ ਐਸੀਆਂ ਸੋਹਣੀਆਂ ਵੀਡੀਓਜ਼ ਸਮੇਂ ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਅਤੇ ਵੇਖਦੇ ਰਹੋ ਪੰਜਾਬ ਨਿਊਜ਼ ਧੰਨਵਾਦ